की होंदा पिया? मैं खाब आया है के साडे घर सेवियां बनदी पर मैं बिल्ला किड़दा बैठा देखे केड़ा चला के वेख लिया उस सॉस भी आटा छनेंदी पई है ਹੋ ਆਟਾ ਤੇ ਪਹਿਲੇ ਲੱਗ ਪਿਆ ਇਹੋ ਸੇਵ ਬਣਾਉਂਗੇ ਇਹ ਹੋਰ ਲੈ ਨਿਤ ਦਿਹਾੜੀ ਜੋ ਬੋਝੀ ਚਾਈ ਵਦਾਉਣਾ ਹੈ ਬੋਝੀ ਚਾਈ ਮੰਗਿਉਰਾ ਛੇਕਲਾ ਹੁਣ ਅਲਫਾਜ਼ ਰੱਖਨੇ ਮੈਂ ਪੀਣਾ ਜਾਂਦਾ ਬੋਝੀ ਬੜਿਆ ਸੇਵੀਆਂ ਆ ਰਹੀ ਉਸ ਦੀ ਗੱਲ ਤੇ ਕਰੀ ਨਹੀਂ ਤੇ ਹੁਣ ਆਟਾ ਛਣਦੀ ਪਈ ਹੋਰ ਕੀ ਹੈ ਮੈਂ ਆਖਾਂ ਅੱਜ ਮੈਨੇ ਦਾ ਵਾਸ ਚ ਸਿਖਾਇਆ ਕਵਾਡੀਆਂ ਕਿਤਾ ਦੇ ਕੇ ਮੈਂ ਖਾਬਾਂ ਹੀ ਖਾਸਾਂਗਾ ਇਹ ਕਿਹੜਾ ਤਾਂ ਮੈਂ ਮਰ ਜਾਵਾਂ ਨਹੀਂ ਮਰ ਜਾ ਮੋੜ ਤੇਰਾ ਕਿਹੜਾ ਪਤਾ ਹੈ ਗੱਲ ਗੱਲ ਤੇ ਕਾਵੜ ਜਾਂ ਨਿਕਲੀ ਦੁਦਕਾਰ ਕੇ ਬਾਹਰ ਚੱਕਰ ਗਵਾਡੀਆਂ ਨਾਲ ਨਾ ਆਈ ਹੋ ਆਏ ਹੋ ਆਏ ਹੋ ਲੈ ਕੇ ਉਹਨਾਂ ਮੰਗਾਂ ਦਾ ਕਿਸੇ ਦਾ ਬਿੱਲਾ ਹਲਾ ਤੇ ਮੈਂ ਆਖਿਆ ਸੀ ਕਿ ਟੋਪਾ ਸਾਰਾ ਦੋੜ ਬਿੱਲਾ ਛੱਡ ਕੇ ਆਰੀ ਹਮ ਸਿੰਘ ਪੜਿਆ ਉਹ ਬਿੱਲਾ ਨਹੀਂ ਹਰ ਵਕਤ ਤੰਗ ਕੀਤੀ ਉਹ ਬਿੱਲਾ ਤੇ ਨਾਲੇ ਗੱਲ ਸੁਣੋ ਇਹ ਹੁਣ ਛਾਣਦੀ ਪਈ ਹਾਂ ਇਹ ਕੱਲੇ ਇਹ ਅੱਟਾ ਇਹ ਕਿਹੜਾ ਇਹ ਦੱਸ ਇਹਦਾ ਨਾਂ ਕੀ ਪੜਿਆ ਕਣਕ ਦਾ ਕਿਹਦਾ ਨਾਂ ਹੈ ਮੰਗੂਆਣਾ ਮੰਗੂਆਣਾ ਖਾਵਣਾ ਜਿਸਾ ਇਹ ਐ ਮੰਗਵਾਣਾ ਜਿਹੜਾ ਹੈ ਇਹ ਰਮਾਣਾ ਚੱਕ ਦੇ ਨਾਲ ਨਹੀਂ ਪੰਦਾ ਵੇ ਥੋੜਾ ਰਮਾਣਾ ਚੱਕ ਹੀ ਪੇਸੰਗੇ ਤੇ ਡੂਗੜੇ ਦੇ ਉੱਤੇ ਧੂਲਾ ਦੇਵੀਂ ਉਹ ਮਾਤਾ ਹੁੰਦੀ ਹੈ ਨਹੀਂ ਸਹੀ ਗੱਲ ਨੇ ਗੱਲ ਸੁਣ ਮੇਰੀ ਇਹ ਹੈ ਮੇਰਾ ਖਿਆਲ ਹੈ ਤੋ ਟੋਪਾ ਦੋ ਟੋਪੇ ਅੱਜ ਵੜ ਛੁੜਸਾ ਹੈ ਬਸ ਠੀਕ ਤੇ ਇੰਜ ਕਰੋ ਅੱਜ ਕਿਤਰੇ ਦਿਨ ਕਾਲ ਕਰ ਚ ਆ ਜਾਵੇ ਨਾ ਲੜਾਈ ਕੋਈ ਨਹੀਂ ਮੈਂ ਇੱਥੋਂ ਨਹੀਂ ਕੱਲੇ ਆਉਣਾ ਉਹਦੇ ਸਲਮਾਨ ਨੂੰ ਵੀ ਚਕਾਰ ਬਈ ਵੀ ਮਰਦ ਨੂੰ ਲਈ ਆਵੇ ਤੇ ਆ ਜਾਵੇ ਇੱਕ ਸ਼ਰੇ ਤਈ ਤੇ ਤੱਲੂ ਹੋਰਾਂ ਨੂੰ ਵੀ ਕਰ ਚ ਉਹ ਆਪਣੇ ਮੀਆਂ ਵੀ ਇਹ ਜਿਹੜੇ ਨਾ ਆਪਸ ਜਈ ਜੋ ਟੋਕੇ ਵਧੇ ਹੁੰਦੇ ਮਜੇ ਲੈ ਕੇ ਗੱਲ ਕਰਾਂ ਸੜੀ ਹੋਈ ਘੜੀ ਬੜਾ ਮੈਂ ਇੱਥੇ ਨਹੀਂ ਆਉਂਦਾ ਤਾਂ ਗੁਵੇਦਾ ਪਿਆ ਪਿਓ ਦੀ ਵਿਸਿਆ ਤੇ ਇੰਜਦੀ ਆਈ ਆ ਕਹੇ ਇਸੇ ਪਿਓ ਦਾ ਕੀ ਕਸੂਰ ਹੈ ਮੀਆਂ ਬੀਵੀ ਦੇ ਪਿਆਰ ਨਾਲ ਪਿਓ ਦਾ ਕੀ ਤਲੋਕ ਹੈ ਉਹ ਆਪਣੇ ਢਾ ਗਿਆ ਉਸ ਕੋਈ ਕਰਨਾ ਹੈ ਕੰਮ ਮੈਂ ਇੱਥੇ ਤਾਂ ਕੰਮ ਅਸੀਂ ਕਰ ਲਿਸਾਂਗੇ ਇਹਨੂੰ ਪਤਾ ਮੇਰਾ ਨਵਾਂ ਨਵਾਂ ਆਪਰੇਸ਼ਨ ਹੋਇਆ ਮੈਂ ਇੱਥੇ ਇਤਨਾ ਕੰਮ ਨਹੀਂ ਹੁੰਦਾ ਬਿੱਲਾ ਮੈਂ ਗੇੜ ਸਾਂ ਤੇ ਬੋਰੀ ਗੇੜ ਸੰਗਾ ਬੋਰੀ ਬੜਾ ਬਿੱਲਾ ਗੇੜਦੇ ਨਹੀਂ ਤੂੰ ਨਾਨੇ ਵੀ ਸਾਥ ਚਾਣਾ ਰਲ ਮਿਲ ਕੇ ਚਲੋ ਸਾਰੇ ਬਣਾ ਇਹ ਹੁਣ ਜਿਹੜੇ ਬੁਜਵਾਨ ਹੁੰਦੇ ਹਨ ਉਹਲੇ ਬਿੱਲੇ ਦੇ ਉੱਤੇ ਬਹਿ ਜਾਂਦਾ ਤੇ ਇਹ ਫਿਰਦੇ ਰਹਿੰਦਾ ਫਿਰਦੇ ਰਹਿੰਦਾ ਬਿੱਲਾ ਗੇੜਦਾ ਰਹਿੰਦਾ ਅੱਬੂ ਆਈ ਆ ਕੋਈ ਦਾਂਦ ਆਈ ਵਜੇ ਨੂੰ ਬੰਨ ਸਟੇ ਨਾ ਤਾਂ ਫਿਰਦਾ ਰਹਿੰਦਾ ਅੱਬੂ ਉਹ ਫਿਰਦੇ ਰਹਿੰਦੇ ਆਂਦੇ ਪੱਚੀ ਨਹੀਂ ਹੁੰਦਾ ਹਰ ਵਕਤ ਪਿਓ ਨਾਲ ਜੁਗਤਾ ਕਰੇ ਉਹ ਨਾਲ ਆਸ ਕਰੇ ਨਾ ਅੱਬੂ ਸਾਡੇ ਨਾਲ ਅੱਬੂ ਸਾਨ ਕੋ ਬਾਣ ਦਿੰਦਾ ਹੈਲੋ ਚਲੋ ਖਾਣਾ ਅਕੀ ਆ ਲੈ ਅੱਲਾ ਪਾਕ ਦਾ ਸ਼ੁਤਰ ਆ ਤੇਰੇ ਮੈਂ ਨਾਂ ਲੈਣਾ ਤੇ ਤੇਰੇ ਮੂੰਹ ਚ ਹੁਣੇ ਪਾਣੀ ਆਉਣਾ ਸ਼ੁਰੂ ਹੋ ਜਾਣਾ ਛੈਲਤਾ ਹੈ ਤੇ ਫੰਡੇ ਸਾਈ ਥਲੇ ਹੋ ਫੰਡੇ ਓ ਅਸੀਂ ਨਾ ਦੁਆਕੀ ਸਦਨ ਸੇਵੀਆਂ ਬਣਾਉਂਾ ਬਿੱਲੇ ਤੇ ਹਾਂ ਹਾਂ ਬਿੱਲੇ ਤੇ ਸੇਵੀਆਂ ਬਣਾਉਂਾ ਅੱਲਾ ਦੇ ਬੰਦੇ ਪਲੀ ਸ਼ਾਇਦ ਉੱਤੇ ਸੇਵੀਆਂ ਦਾਤ ਤੇ ਦਿਨੇ ਤੇ ਬਣਾਉਂਗੋ ਓਏ ਹੋ ਬਿੱਲਾ ਨਹੀਂ ਇਹ ਹੱਥ ਵਾਲਾ ਬਿੱਲਾ ਓਏ ਗੋਲ ਘੁਮਾਉਣ ਵਾਲਾ ਬਿੱਲਾ ਵੀ ਨਿੱਥੇ ਲਾਇਆ ਹਾਂ ਉਹ ਆਇਓ ਤੇ ਤੈਨ ਮੈਂ ਵਿਖੇਸਾ ਅੱਛਾ ਹਾਂ ਆਵਣ ਵਾਲੀ ਕਰੋ ਚੰਗਾ ਚਲੋ ਮੈਂ ਪੱਠੇ ਦਾਤ ਲਾਵਾਂ ਮੈਂ ਅੰਦਾ ਪਿਆ ਤੇ ਆਪ ਨਾ ਖਾਵੀ ਅੱਜ ਇੱਥੇ ਸਾਡਾ ਸੇਵੀਆਂ ਖਾਣੇ ਨਹੀਂ ਮੱਝਨ ਖਵਾਈ ਚੰਗਾ ਚਲੋ ਠੀਕ ਕੇ ਆਪ ਨਾ ਖਾਵੇਂ ਪੱਠੇ ਦਾ ਤੁਆ ਮੱਝਨ ਮਸ ਆਪ ਨਾ ਖਾਵੇਂ ਉਹ ਆਪ ਜੋੜ ਜਾਂਦਾ ਹੈ ਕੰਮ ਵੇਖ ਲੈ ਨਾ ਹਰ ਵੇਲੇ ਕੀਤੀਆਂ ਕਰ ਜੁਗ ਤਾਂ ਅਗਲੇ ਆਖ ਉਹ ਨਾ ਮੰਡੇ ਜਿਹੜੀ ਕਾਰ ਉਸ ਕਰਨੀ ਨਾ ਵੇ ਦੇ ਰਹੀ ਅਗਲੇ ਆਖ ਸਨ ਇੱਕ ਬੂਹੇ ਤੇ ਸਦੇ ਨੇ ਦੁਆ ਗੱਲਾਂ ਸੁਣਾਈਂਦੇ ਸਨ ਅਲੀ ਖਾਨ ਤੇ ਜਾਨੀ ਕੋ ਲੜਿਆ ਬੈਠਾ ਹੁਣ ਹੈਲੋ ਸਲਾਮ ਅਲੈਕੁਮ ਵਾਲੇਕੁਮ ਸਲਾਮ ਬੀਬੀ ਨਾਲ ਬੈਠੀ ਹੈ ਸਾਡੇ ਘਰ ਬਾਜਿਆ ਅਸੀਂ ਉਹ ਬਣਾਵਾ ਸੇਵੀਆਂ ਅੱਛਾ ਹਾਂ ਪੁੱਛ ਲਵੀ ਵੇਲੇ ਹੋਵੇਂ ਤਾਂ ਵੇਲੇ ਹੋ ਤਾਂ ਆ ਜਾਓ ਜੇ ਨਹੀਂ ਵੇਲੇ ਤਾਂ ਮੋੜੇ ਸੇ ਤੁਹਾਡੇ ਘਰ ਆਈ ਸਾਂਗੇ ਨਹੀਂ ਭਾਈ ਹੁਣ ਤਾਂ ਸਦਾ ਤਾਂ ਆਉਣਾ ਤਾਂ ਪਾਉਣਾ ਹੀ ਹੈ ਹਾਂ ਤੇ ਆਪਣੀ ਜਨਾਨੀ ਨੂੰ ਵੀ ਲਈ ਆਵੇਂ ਕੋਈ ਨਹੀਂ ਸਾਡੇ ਬੂਹੇ ਤੇ ਵੀ ਆ ਗਈ ਤਾਂ ਚਲੋ ਕੋਈ ਨਹੀਂ ਸਾਨ ਵੀ ਦੋਵਾਂ ਨੂੰ ਰਲ ਕੇ ਨਿਕਲਣ ਦਾ ਮੌਕਾ ਮਿਲ ਜਾ ਇਹ ਦਾ ਕੀ ਬਣਾਉਣਾ ਹੈ ਚਲੋ ਠੀਕ ਹੈ ਹਮਦੇ ਪਏ ਹਰੀ ਵੇਦੀ ਵੀ ਪਈਆਂ ਵੀ ਦੋ ਤਰ ਤੇ ਦੱਤੂ ਨੂੰ ਢੋਰਾ ਨੂੰ ਮੁੜ ਪਿਆ ਨਹੀਂ ਇਹ ਦਾਤੀ ਬਣਾ ਅੱਛਾ ਦੁਆ ਤਰੋ ਬਿੱਲੇ ਵਾਲਾ ਤੇ ਸੇਮੀਆਂ ਸੇਮੀਆਂ ਦਾ ਇਹ ਉਹ ਬਿੱਲੇ ਦਾ ਹੈ ਹੈ ਇਹ ਕੀ ਹੁੰਦਾ ਪਿਆ ਇਹ ਓਏ ਓਏ ਮਗਰ ਮੇਰਾ ਨੱਕ ਵਟੀਂਦਾ ਪਈ ਆ
ਰੋਜ਼ਾਨਾ ਮਰਚਾ ਛਿੜਕਾ ਕੇ ਰੋਟੀ ਖਾ ਲਈ ਦਲ ਸੁਣ ਉਹ ਜਿਹੜਾ ਨਾਲ ਵਾਲਾ ਤਸਾਈ ਨਹੀਂ ਉਸ ਤੋਂ ਪੁੱਛਿਆ ਵੀ ਥੁਰਾਵੜੇ ਪੈਣ ਜੋ ਹੱਥ ਤੋਏ ਨਹੀਂ ਤੋ ਨਾ ਸੀ ਜਿਹੜਾ ਧਮੀ ਟੱਟਾ ਟਰਨਾ ਨੇ ਉਹਦੇ ਥੁਰਾਵੜੇ ਲਾ ਤੇ ਸਾਨੂੰ ਦਿਓ ਚਲੋ ਠੀਕ ਅਸੀਂ ਵੀ ਹੁਣ ਪਤਾ ਤੇ ਥਾਨੇ ਤੇ ਮੈਨੂੰ ਤੇ ਮੋਟਿਆ ਬੜਾ ਉਹ ਆ ਖਾਵੇ ਤੇ ਤੋ ਕੋਈ ਨਹੀਂ ਮੈਣਾ ਕਾਲ ਵੀ ਤੁਹਾਡੇ ਮੱਛੀ ਦੇ ਪਾਏ ਪੱਕੇ ਹੋਇਆ ਹੈ ਅਸੀਂ ਬੜੇ ਸ਼ੌਂਕ ਨਾਲ ਮੱਛੀਆਂ ਦੇ ਪਾਵੇ ਥਾਨੇ ਆ ਹਾਂ ਮੱਛੀ ਦੇ ਪਾਵੇ ਖਾਨੇ ਅਲਾ ਗੱਲ ਇਹ ਪਿਤਰੇ ਸੱਦਿਆ ਦਾ ਤੁਹਾਨੂੰ ਇਸ ਵਾਸਤੇ ਉਹ ਤਾਂ ਅੱਲਾ ਮਾਫੀ ਦੇਵੇ ਕੋਈ ਨਹੀਂ ਅਸੀਂ ਆਪ ਹੀ ਕਰ ਲਵੀਆ ਕੋਈ ਨਹੀਂ ਟੈਨਸ਼ਨ ਹੂੰ ਪਰ ਚਲੋ ਅੱਜ ਛੁੱਟੀ ਦਾ ਦੇ ਮੈਂ ਆਖਿਆ ਜੇ ਇਤਵਾਰ ਸਾਰੇ ਘਰੇ ਆਉਣੇ ਨੇ ਚਲੋ ਰਲ ਮਿਲ ਕੇ ਤੇ ਰੌਣਕ ਮਿਲਿਆ ਕੰਮ ਕਰ ਲਈ ਸਾਂ ਮਲਵੇ ਤੇਰਾ ਦਿਲ ਤਾਂ ਬੱਤੀ ਤਰੇਂਦਾ ਹੈ ਨਾ ਵੀ ਸਾਰੇ ਇਕੱਠੇ ਹੋ ਗਏ ਅਸਲਾਮ ਅਲੈਕੁਮ ਮੈਂ ਤੇਰੀ ਫੁੱਫੀ ਦੀ ਧੀ ਆਵੇ ਮੈਂ ਪੇਟ ਸੱਟਣਾ ਹੈ ਹੈ ਫੁੱਫੀ ਤੇਰੀ ਦੀ ਧੀਆਂ ਤੂੰ ਮਲਵੇ ਕੇ ਲਗਾ ਰਹਿੰਦਾ ਜਾਨ ਤੇਰੇ ਨਾਲ ਮਜ਼ਾਕ ਤਾਂ ਨਾ ਹਾਂ ਠੀਕ ਵਾਦੀ ਹੈ ਹਾਂ ਠੀਕ ਵਾਦੀ ਹੈ ਅੱਬੂ ਅੱਬੂ ਕੀ ਹਾਲ ਹੈ ਠੀਕ ਆ ਠਾਕੇ ਵਾਲੇ ਹੈ ਮੂੰਹ ਉਹ ਜਿੱਤ ਨਾਲ ਥੋੜਾ ਜਿਵੇਂ ਤੁਹਾਡੇ ਅੱਬੂ ਦੀ ਸਿਆਤ ਹੈ ਨਾ ਅੱਬੂ ਤੇ ਨਹੀਂ ਬਤਰੇ ਚੁੱਦਦਾ ਪਿਆ ਹੁਣ ਅੱਲਾ ਹੁਣ ਨਾਸ਼ਤਾ ਕਰਕੇ ਆਇਓ ਜਾਂ ਹੁਣ ਕਰ ਲੈਣੇ ਅਸਾਂ ਅੱਲਾ ਦੇ ਬੰਦੇ ਜਾ ਉੱਠੇ ਆ ਮੈਂ ਦੋ ਤੇ ਹੱਥ ਦੇਂਦਾ ਵਦਾਂ ਤੇ ਮਾਨ ਭਾਈ ਦਾ ਫੋਨ ਆਇਆ ਸੀ ਉਹ ਰਾਦ ਆ ਅਗਰ ਤੈਨੇ ਦੇਸੀ ਸੇਵੀਆਂ ਨਾਲ ਨਾਸ਼ਤਾ ਕਰਨਾ ਤਾਂ ਮੋੜ ਤੈਨੇ ਇੱਕ ਘੰਟਾ ਦੋ ਲੇਟ ਅੱਛਾ ਗੁੱਦਾ ਪਿਆਈ ਭਿੰਡੀਆਂ ਦਾ ਸਾਲਣੀ ਆਈਦਾ ਹੀ ਮੰਗਵਾਈ ਬੇ ਸਾਕੇ ਪਾ ਲੂ ਤੇ ਚੱਲ ਕੇ ਆਵੀ ਕਰੂ ਭਾਵੇਂ ਹੁਣ ਤਰਾਏ ਘੰਟੇ ਵੀ ਲੇਟ ਹੋਵੇ ਨਾ ਤਵੇ ਬੜੇ ਮਹਿਮਾਨ ਸਾਡੇ ਵੇੜੇ ਹੈ ਚਾਚਾ ਕੀ ਹਾਲ ਕੀ ਹਾਲ ਹੈ ਪੁੱਤ ਓ ਤੱਥੂ ਕੀ ਹਾਲ ਹੈ ਤਤਲੂਆ ਅੱਲਾ ਪਾਤ ਦੇ ਸ਼ੁਤਰ ਹਨ ਚਾਚਾ ਚਾਚਾ ਦੀ ਤਾਰੀਫਾਂ ਕਰਦਾ ਬੈਠਾ ਹੈ ਅੱਬੂ ਬਿੱਲੇ ਉੱਤੇ ਬਹਿ ਜਾਂਦਾ ਤੇ ਬਿੱਲਾ ਆਪੇ ਫਿਰਨ ਲੱਗ ਜਾਂਦਾ ਅੱਬਾ ਬੜਾ ਜੁਗ ਨਹੀਂ ਬਣਿਆ ਸੀ ਆਪੇ ਕਰ ਅਸੀਂ ਬੜੇ ਸ਼ੁੱਧ ਲੀਆ ਇਸ ਵਾਸਤੇ ਸੱਦਿਆ ਵੀ ਚਲੋ ਇੱਕ ਤਾਂ ਛੁੱਟੀ ਦਾ ਦੇ ਤੁਹਾਡਾ ਅੱਛਾ ਗੁਜ਼ਰ ਵਈ ਸੀ ਤੇ ਦੂਆ ਚਲੋ ਰਲ ਮਿਲ ਕੇ ਸੇਵੀਆਂ ਵਟ ਲਈ ਤੂੰ ਤਾਂ ਜਿਸ ਵੇਲੇ ਸੱਦੇ ਦਿਲਾਂ ਦਾ ਬੰਦਾ ਜੁੱਤੀ ਨਾ ਜੁੱਤੇ ਤੇ ਪਿਤਰੇ ਰਲ ਵਸ ਜਾਣਾ ਮੇਰੀ ਹੈ ਜੁੱਤੀ ਨਹੀਂ ਕੋਈ ਤਾਂ ਭਾਈ ਜਿਹੜਾ ਨਾ ਹੁਣ ਮੈਂ ਦੀ ਪਿਤਰੇਰ ਬਣ ਗਈ ਮੈਂ ਤਾਂ ਭਾਈ ਇਹ ਕਾਲ ਕੀਤੀ ਤੇ ਮੈਂ ਬਣਾ ਲੱਗਾ ਸਲਮਾ ਦੀ ਆਈ ਭਾਈ ਬੋ ਜਾ ਕਿਹੜੀ ਲੋੜ ਹੈ ਅੱਛਾ ਮੈਂ ਨਹੀਂ ਸਕਦਾ ਤੇ ਸੁੱਤੇ ਪਿਆ ਮੋ ਬਾਤ ਕਿਉਂ ਉਠਾ ਛੱਡੇ ਉਸ ਦਿਨ ਚੱਲ ਲੋ ਜਲਦੀ ਕਰ ਤੇ ਮੰਜੀ ਤੂੰ ਇੰਨੇ ਢਾ ਸੱਤੇ ਆ ਫੱਦਿਆ ਕਿਉਂ ਵੀ ਉਹਨੂੰ ਤੇ ਮੋੜ ਉਠਾ ਨਹੀਂ ਨਵੇਂ ਨਵੇਂ ਚਾਦੇ ਮੈਂ ਤਾਂ ਕਿ ਮੇਰਾ ਵਿਰਾਹ ਉੱਥੇ ਇਕੱਠੇ ਬੈਠੇ ਤਾਂ ਮੈਂ ਵੀ ਉਹਨਾਂ ਕੋਲ ਜਾ ਬਵਾ ਕੋਈ ਨਹੀਂ ਉਮਰ ਇੰਨੇ ਦੀ ਅਸੀਂ ਮੋੜ ਉੱਥੇ ਚਾਚੇ ਤੋਂ ਬੈਠੇ ਆ ਤੁਸੀਂ ਆਟਾ ਸ਼ਾਟਾ ਦੋਨ ਤੇ ਮੋੜ ਸਾਨੂੰ ਸੱਦਿਆ ਚਲੋ ਠੀਕ ਹੈ ਤੇ ਆ ਨਾਲ ਵਟਵਾਵਣੀਆਂ ਨੇ ਤੇ ਵਟਵਾਵਣੀਆਂ ਹੀ ਹਨ ਥੱਬੜ ਵੀ ਤਾਂ ਵਾਟੀ ਲੈਨੇ ਆ ਥੱਬੜ ਹਾਏ ਦੀਆਂ ਅੱਲਾ ਹੁਣ ਮੈਨੂੰ ਫੜ ਕੇ ਉਠਾ ਮੈਂ ਮਿੱਥੇ ਉੱਠਿੰਦਾ ਤੈਨੂੰ ਆ ਫੜ ਕੇ ਉਠਾਈ ਸਰਵੈਂਸ ਅੱਛਾ ਚਲੋ ਤੇਰੀਆਂ ਨੂੰ ਜਾਂ ਤਾਂ ਜਾਣਦਾ ਕੋਈ ਨਾ ਹੋਵੇ ਠੀਕ ਹੈ ਹੁਣੇ ਬਣਾ ਤੇ ਮੈਂ ਬਿੱਲਾ ਬੁੱਲਾ ਲੈ ਆਉਣਾ ਬੁੱਲਾ ਲੈ ਆਵਾਂ ਸੇ ਬਿੱਲਾ ਲੈ ਵੇਖੇ ਬਿੱਲਾ ਮੈਂ ਲੈ ਆਉਣਾ ਇੱਥੇ ਲੈਣਾ ਜੋੜਦੇ ਆ ਬਣਾਈਨੇ ਤੁਸੀਂ ਆਟਾ ਗੁੰਨੋ ਅੱਜ ਰੌਣਕਾਂ ਦੇ ਸਾਹ ਪਰ ਜਾਈ ਗੱਲ ਕੀਤੀ ਤਾਂ ਵੇਖੇ ਕਿਵੇਂ ਬਾਜ ਕੇ ਉੱਠਿਆ ਹਾਂ ਤਾਂ ਹੁਣ ਤੂੰ ਕੀ ਦਵਾਈ ਦਾ ਫੇ ਆ ਜਾ ਸਾਈ ਅਗਾ ਚਲੀ ਉੱਤੇ ਬਿੱਲਾ ਦੇ ਕੋਈ ਨਹੀਂ ਮੂੰਹ ਬਣਾਈ ਬੇਚੇ ਦਾ ਕੰਮ ਕਰ ਆਪਣਾ ਕਾਵੜ ਗਈ ਛੋਰੀ ਵਧੀਆ ਹੁੰਦੀ ਹੈ ਹਰ ਵਕਤ ਆਦ ਤੱਕ ਹੀ ਤੇ ਰੱਖਣਾ ਛੋਰੀ ਨਹੀਂ ਛੋਰੀ ਨਹੀਂ ਕਿਹਾ ਛੋਰੀ ਮੇਰੀ ਭੈਣਾਂ ਸਾਰੀਆਂ ਤੇ ਮੈਂ ਕਦੀ ਕੋ ਜਾਖਿਆ ਅੱਜ ਆ ਮੇਰੇ ਘਰ ਵਾਲਾ ਸੌ ਸੌ ਕਰੇ ਤਾਂ ਆਟਾ ਪਈ ਉਹ ਥੋੜਾ ਜਿਹਾ ਪਾਈ ਆ ਬਸ ਬੜਾ ਜਾਂ ਵੀ ਪਰਾਤ ਲਈ ਜਾ ਗੱਲ ਸੁਣ ਮੇਰੀ ਅਗਰ ਇਹ ਰਾਤ ਰਾਣਾ ਤੇ ਦੰਮੀ ਇਹ ਸੇਵੀਆਂ ਦਾ ਨਾਸ਼ਤਾ ਕਰ ਵੀ ਸਾਂ ਤੇ ਰਾਤੀ ਕੋ ਲਾਇਆ ਨਹੀਂ ਤਾਂ ਸ਼ਰਮ ਦੁਨੀਆ ਦੀ ਗੱਲਾਂ ਤੇ ਤਾਂ ਹੋਰ ਗੱਲ ਕਰ ਨਹੀਂ ਹੁੰਦੀ ਦੁਨੀਆ ਦੀ ਗੱਲ ਮੈਂ ਤੇ ਨਹੀਂ ਅੱਖਾਂ ਤੈਨੂੰ ਬੜਾ ਉਹਨਾਂ ਨੇ ਵੇਖ ਕੇ ਤੇਰੇ ਪਿਆਰ ਹੀ ਜਾਗ ਖਲੋਦਾ ਤੇਰੇ ਭੈਣਾ ਨਾ ਮੇਰੀ ਭੈਣਾ ਪਿਆਰ ਤੇਰਾ ਜਾਗਦਾ ਚੀਨੂੰ ਹੁੰਦਾ ਉਹ ਮੇਰੀ ਗੱਲ ਤਾਂ ਸੁਣ ਉਹ ਆਪਣੇ ਮੀਆਂ ਵੀ ਸਾਰੇ ਜਿਹੜੇ ਹਨ ਨਾ ਉਹ ਆਪਸ ਵਿੱਚ ਐਂ ਰਲ ਕੇ ਬਾਂਧਦੇ ਨੇ ਉਹਨਾਂ ਨੇ ਵੀ ਖਾਵਣਾ ਇੰਜ ਕਿ ਅਸਮੀਆਂ ਵੀ ਵਿੱਚ ਬੋਲ ਤੈਨੂੰ ਤਾਂ ਮੈਂ ਬਾਥਰੂਮ ਵਿੱਚ ਬਾਹੀਨੀ ਆ ਤੈਨੂੰ ਤਾਂ ਮੈਂ ਇੱਥੇ ਕਦੇ ਨਹੀਂ ਬਾਹਰ ਆਇਆ ਭਿਆ ਕੁਝ ਨਹੀਂ ਠੀਕ ਹੈ ਮੇਰੀ ਜ਼ਿੰਦਗੀ ਬਾਹਰ ਨਹੀਂ ਹੁੰਦੀ ਕਿਤੇ ਤਾਂ ਸਾਡਾ ਬਾਹਰ ਹੀ ਹੁੰਦਾ ਹੈ ਕੀ ਮੈਂ ਵਟੀ ਸਣ ਮਾਨੂਰ ਪਿਤਰੇ ਹੁਣ ਇਸ ਦਾ ਆਟਾ ਛਾਣ ਲਿਆ ਨਾ ਅੱਛਾ ਬਿੱਲਾ ਇੱਥੇ ਲਈ ਸਾਂ ਮੰਜੀ ਦੇ ਨਾਲ ਅੱਛਾ ਇੱਕ ਜਣਾ ਉਸਨੂੰ ਇਹ ਘੁਮਾਈ ਜਾ ਸੀ ਦੂਆ ਜਣਾ ਇਹ ਪੇੜੀਆਂ ਬਣਾ ਕੇ ਤੇ ਵਿੱਚ ਦਿੱਤੀ ਜਸਾਂ ਅੱਛਾ ਠੀਕ ਹੈ ਇਸ ਲਈ ਵੀ ਦੇਰ ਸਾਂ ਉਹ ਥੱਲੋਂ ਨਿਕਲ ਸੇ ਨਾ ਲੱਛੇ ਮੰਜੀ ਤੇ ਘੱਟ ਕੇ ਕਪੜਾ ਉਸ ਦੋਤੇ ਇਹ ਕਰਕੇ ਉਹਨਾਂ ਨੂੰ ਇਹ ਖਿਲਾਰ ਕੇ ਰੱਖ ਉਹ ਵੀ ਸੇ ਸੋਕ ਕਰ ਹਾਂ ਮੋੜੀ ਨਾਲ ਸੋਹਣੀ ਤਰ੍ਹਾਂ ਬਣੀ ਸਾਂ ਸਹੀ ਹੋ ਗਿਆ ਪਤਾ ਕੀ ਗੱਲ ਹੈ ਅੱਜ ਕੱਲ੍ਹ ਦੀ ਸ਼ਹਿਰੀ ਚੱਲੀ ਹੋਈ ਇਨਸਾਨ ਤਾਂ ਇਹਨਾਂ ਦਾ ਪਤਾ ਹੀ ਕੋਈ ਨਹੀਂ ਲਈਆ ਉੱਥੋਂ ਇੱਕ ਪੈਕਟ ਤੇ ਪਕਾਈਆਂ ਤੇ ਖਾਲੀ ਜਾਣ ਲੈ ਤੁਹਾਨੂੰ ਪਤਾ ਕੋਈ ਨਹੀਂ ਵੀ ਇਸ ਦੇ ਕਿਤਨਾ ਸੁੱਖੇ ਤੇ ਕਿਤਨਾ ਇਸ ਦੇ ਫਾਇਦੇ ਨੂੰ ਕਿਉਂਕਿ ਇਹ ਜਿਹੜੀਆਂ ਘਰ ਦੀਆਂ ਦੇਸੀ ਚੀਜ਼ਾਂ ਆਉਂਦੀਆਂ ਨੇ ਇਹਨਾਂ ਦਾ ਆਪਣਾ ਹੀ ਮਜ਼ਾ ਤੇ ਗੱਡੀ ਨਹੀਂ ਜੇ ਨੂੰ ਉਡਾਈ ਜਾਣਾ ਹੈ
इंजे चलता है इंजे चलता है आटा थोड़ा मां नूर तो ढीला च गुद्दा है सरीके नु वेच सुके दे मत दो ओ बिस्मिल्लाह करा आटा ढीला करे हम दिया पईया नी हां नी पईया माशाल्लाह ए आटा गुन्या है और ए नु सुके मेरे हाथ थक गए न माए नु मांड मांड के दे दे के क्या गल है ना वालतर हम और केतना जोर लगदा बड़े मेहनत का काम है एडा सोफा काम तो नहीं ना आईया नहीं आईया नहीं तो समझे दे पाए आईया बार ओ तो मखिया झूठे खांदिया पे नु तू बा ए पहला पूत तो जंगाल वाला नहीं हुंदा नहीं कोई नहीं उधर तेल होंदा ना छुड़ींदा कुछ नहीं होंदा ए वेच इथे घ्यो भी खते मैं हां ते ओ तो चोपड़ा निकल हुंदा अम्मी 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 हुणे नाल बेहोश होया बैठा मैं आ सारे ने ना सारेया नु अब्बू मैं अल्लाह सेविया लड़कदिया पईया ना वेखे ना ए मैं लगदा तू सदाए इसे वास्ते आई अब्बा लगड़ावण वास्ते ए ओ त मैं पहले आखे बस मान दा अब्बा दाल फोन ओ तैनू दमे दी बीमारी तो नहीं मिला वे तो सा छड़ दे ओ मैं दे इत्तफाक जसेंगे ना ना तू तेरे हाथ तन को जो जसेंगे ए नाल मान ना ओ कर लेनी है बस थोड़ा जे आटा हो ज्यादा होवे तो ए जितना कुराई दे आवे ना तू नाल बा के कुराड़ आटा कर ਇਹ ਢਿੱਲਾ ਰੱਖਿਆ ਨੇ ਤਾਂ ਤੂੰ ਲੇਟ ਹੁੰਦੀ ਪਈ ਐ ਸੇਵੀ ਇੱਥੇ ਤਾਂ ਲੱਛੇ ਦੇ ਸੋਹਣੇ ਲਾਂਦੇ ਨੇ ਹੈ ਮਰਦਾ ਹੀ ਪਤਾ ਹੀ ਨਹੀਂ ਲੱਗਦਾ ਇਹ ਹਾਏ ਹੋਏ ਆ ਵੇਟ ਮੰਡੋ ਹੈ ਪੂਰਾ ਮੰਦੇ ਚਲੋ ਤੁਸੀਂ ਬਣਾ ਲਓ ਮੈਂ ਉੱਥੇ ਮੰਜੀ ਤੇ ਬੈਠਾ ਮੋੜ ਸੱਜਾ ਅਜੇ ਸਰ ਭੱਜ ਜਾਵੇਂ ਅਸੀਂ ਪਾਗਲ ਆ ਅੱਛਾ ਇਰੱਲੇ ਵਟਾ ਮੇਰੀ ਕੋਈ ਸਜ਼ਾ ਕੋਈ ਨਹੀਂ ਮੈਂ ਕੱਲੀ ਬੈ ਕੇ ਵਟਾਵਾਂ ਬਿਸਮਿਲ੍ਲਾ ਤਰਾਂ ਵਾ ਵਾ ਤੇ ਵਾਸਤੇ ਤਾਂ ਮੈਂ ਜਾਨ ਵੀ ਕੁਰਬਾਨ ਤਾਰ ਛੱਡਾ ਪਰ ਇਹ ਤਾਂ ਮੈਨੂੰ ਲੱਗਦਾ ਵੀ ਪਰ ਇਹ ਤਜ਼ੋਰ ਨਹੀਂ ਵੇ ਛਾਤ ਨਾ ਦੇਵੀ ਮੇਰੇ ਢੋਲੂ ਲਸ਼ੋਨ ਆਇਆ ਪਿਓ ਦਾ ਕੋਈ ਨਹੀਂ ਕੋਈ ਨਹੀਂ ਪਿਓ ਦਾ ਜਿਹੜਾ ਕੰਮ ਕਰਦੇ ਵੇ ਜੋ ਤਾਂ ਕਰ ਲੈ ਤੇ ਆਪਣੀ ਢੋਲੂ ਆਖੀ ਕਿਸੇ ਹੋਰ ਦੀ ਤਾਂ ਨਹੀਂ ਆਖੀ ਇੱਕ ਤਾਂ ਰੋਲਾ ਢੇਰ ਹੈ ਤੇ ਕੰਮ ਥੋੜਾ ਹੈ ਨਾ ਅਬੂ ਯਾਦ ਨਹੀਂ ਜਿਹੜਾ ਅਮੀ ਤੁਸੀਂ ਸਹਿੰਦਾ ਕਰਦਾ ਹੱਥ ਬਲੇ ਹਲਸ ਲੱਗ ਜਾਂਦੀ ਹੈ ਲੱਲਾ ਪੂਰੀ ਨਹੀਂ ਨਿਕਲਾ ਚਾਲ 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 ਘੁਮਾ ਅੱਗਾ ਘੁਮਾ ਮਸੇਰ ਅੰਦੂਠੇ ਵਿੱਚ ਉਸਨੀ ਮਸੇਰ ਹੋ ਤੈਨੂੰ ਉਹਦੀ ਪਰਵਾਹ ਜ਼ਿਆਦਾ ਨਹੀਂ ਖਲੋਤੀ ਹੈ ਇਹ ਸਾਰੇ ਸੰਗ ਤੇ ਦਿਸੇ ਦਿਸਦੇ ਨਾ ਸ਼ੁਕਰੇ ਜਨਾਨੀ ਤੇ ਸਰਦਾ ਮਾਤੀ ਸੱਤੇ ਸਵੇਲੇ ਉਹਨੇ ਵੀ ਪਿਤਰੇ ਮਸੇਰ ਸਾਰੇ ਰਿਸ਼ਤੇ ਸਾਧ ਲੈਂਦੋ ਤੇਰੇ ਬਹਿਣ ਨੂੰ ਸੱਦਾ ਓਏ ਹੈਲੋ ਇਹ ਤਾਂ ਬੜਾ ਅਮਲਾਂ ਦਾ ਪੂਰਾ ਹੈ ਇਹ ਤਾਂ ਪਤਾ ਸਕੇ ਮੈਂ ਭੈਣ ਨਹੀਂ ਸਦਣਾ ਲੱਛਾ ਸੋਹਣਾ ਦਾ ਵਿਆਹ ਹੀ ਕਿ ਤਰਤੀਬ ਦਾ ਇਸੇ ਤੂੰ ਤਾਂ ਵੇਦੀ ਬੈਠੀ ਨੇ ਤੋਂ ਤਾਂ ਮੈਂ ਲਾ ਲੈਣਾ ਇੱਥੇ ਮੰਜੀ ਸਾਥ ਯਾਰ ਨਹੀਂ ਸਵਾਲੀ ਮਰਦ ਦਾ ਜੋੜ ਹੋਵੇ ਨਾ ਤਾਂ ਵੇਖ ਭਾਈ ਮੰਜੀ ਇੱਥੇ ਲੈ ਆਓ ਨਾ ਮੰਜੀ ਸੋਹਰ ਵਾਲੀ ਥਾਨ ਹੋਰ ਭਾਜੀ ਮੁੱਦੀ ਗੱਤੋ ਮੁੱਦੀ ਗੱਤੋ ਔਰ ਮੰਜੀ ਲਾ ਮੰਜੀ ਇੱਥੇ ਓਏ ਅੱਜ ਮੁੱਦੀ ਗੱਤੋ ਧੁੱਪ ਤੇ ਹੀ ਰੱਖਣੀ ਹੈ ਵੈਸੇ ਤਾਂ ਥਾਈ ਪਈ ਨਹੀਂ ਕਰੀ ਇੱਥੇ ਮੋ ਧੁੱਪ ਐਸਾ ਹੈ ਕਰੀ ਮੁੱਦੀ ਗੱਤੋ रखो तेरी मन ये या मसेर दी मन ये मेरी मन तेरी मन नो और बाजे यार समाज कर रहे ना उठ जा यार या तो सानू करन दे यार मेरी मन नो तेरे मुंह इस बाबे में छा द कान नो मेरी मन आओ वेस लो आओ सेमिया वेस ला धूप से तू तो ही दीवा दी ओए अरे लाया मेरे अखिरे सामे रखो लाया यार वो।
ਮੰਜੀ ਛਾਂ ਤੇ ਰੱਖਣੀ ਧੁੱਪ ਤੇ ਰੱਖੀਂਦੀ ਏ ਚਾ ਲਿਆ ਭਈਆ ਦੀ ਕਬਰ ਇੱਥੇ ਕੋ ਲੱਛਾ ਤੋਂ ਬਣਾਇਆ ਤੋ ਸਾਨੂੰ ਪੂਰੇ ਦੇ ਹੜ ਧੋ ਦੇ ਤੇਰੇ ਮੂੰਹ ਚੋਂ ਸੰਬਰੂ ਦੇ ਛੜਣਾ ਮੈਂ ਤੋਰੇ ਓ ਯਾਰ ਬਾਉ ਢਿੱਲਾ ਵਿੱਚ ਕੁਰਾਣਾ ਕਰੋ ਬਹੁ ਚਕੀਤਾ ਨੇ ਮਾਂ ਨੂਰ ਵੀ ਨਾ ਸਹੀ ਆਦਰ ਸਾਰੀ ਜ਼ਿੰਦਗੀ ਮੱਖਣ ਲਾਈ ਰੱਖੇ ਨਾ ਪਤਾ ਨਹੀਂ ਸੁਮਦਾ ਪਿਆ ਕਿਵੇਂ ਲਾਣੀ ਤੇ ਕਿਵੇਂ ਨਹੀਂ ਲਾਣੀ ਕੀ ਆ ਪਤਾ ਕੀ ਹੋ ਜਾ ਬੜੀ ਵਿੱਚ ਭੁੰਨਣਾ ਚੰਗਾ ਸੁੱਕੇ ਦੇ ਤਾਂ ਸਹੀ ਬਣਦੀਆਂ ਨੇ ਚਤਰੁਕਦੀਆਂ ਰਾਸੇ ਨੂੰ ਫਾਇਦਾ ਕਰਮਾ ਸ਼ਹਾਦਤ ਆਉਂਦੀ ਵੇ ਕੰਮ ਦੇਖ ਲੈ ਕਿਹਨੇ ਕਹਿ ਲੈ ਜਨਾ ਦਾ ਜਾਈ ਆਉਂਦੀ ਆਉਂਦੀ ਸੁਣ ਲਾ ਇਹ ਨੀਆਂ ਵੀ ਇੱਕੋ ਰੱਖੋ ਭਾਈ ਇੱਥੇ ਹਾਂ ਹੁਣ ਲੱਛੇ ਜਿਹੜਾ ਸੱਪ ਬਣਾ ਨਾ ਚੱਕ ਨਾ ਦੇਖ ਗਿਆ ਇਹ ਨਾ ਇਤਨੀਆਂ ਪਤਲੀਆਂ ਕਰਕੇ ਨਾ ਸੱਤੋ ਮੈਂ ਮੋਟ ਸੱਤ ਸੁੱਤ ਸੈਨ ਜਲਦੀ ਹਾਂ ਹੱਲੋ ਆ ਪਹਿਲਾ ਪੂਰ ਜਲਦੀ ਹੋ ਗਿਆ ਇਹਨੇ ਉਹ ਕਿਦੇ ਵਗ ਗਿਆ रंग ही चलो ਬਟਾਈ ਖਲੀ ਅਯੋ ਖਾਨ ਕਦੀ ਮਰਦ ਕਰਨ ਨੂੰ ਸੁਣਾਇਆ ਨਾ ਮੈਂ ਮਰਦ ਨਾਲ ਲੇਕੇ ਮੈਂ ਬਾਜੀ ਆ ਲਈ ਹੁਣ ਬੀਵੀ ਵੀ ਤਾਂ ਫੇਰੇ ਆ ਕੋਵੇ ਨਾ ਲਾਏ ਕਿਹੜੀ ਗੱਲ ਲੈ ਅਸਾ ਤਾਂ ਮਨ ਨਹੀਂ ਮੇਰੀ ਬੀਵੀ ਯਾਰ ਵੀ ਕੋਈ ਵੀ ਨਹੀਂ ਸਮਾ ਭੈਣ ਹਾਲੇ ਤਾਂ 2 ਮਹੀਨੇ ਹੋਏ ਸ਼ਾਦੀ ਨੂੰ ਤੇ ਮੈਂ ਆਪਣਾ ਚਾਹੀਦਾ ਸਵਾਣੀ ਮਰਦ ਤੇਰੀ ਨਹੀਂ ਕੋਈ ਕਰੇਂਦਾ ਖਲੋਤਾ ਹੀ ਮੈਂ ਆਪਣੀ ਪਰਜਾਈ ਦੀ ਕਰੇਂਦਾ ਰਵੇ ਆਪਣਾ ਮੋਡਿੰਗਾ ਕਰੇਂਦਾ ਖਲੋ ਕਿਵੇਂ ਐਂ ਜਦੋਂ ਕੋਈ ਸਰ ਗਿੱਲੇ ਕਰੇਂਦਾ ਹੈ ਮੈਂ ਸਮਾਨ ਵੀਰਾ ਹੁਸ਼ਿਆਰ ਤਾਂ ਬੜਾ ਹੈ ਮੈਂ ਮਰ ਜਾਵਾਂ ਠਰ ਜਾਵਾਂ ਪਹਿਲਾਂ ਤੂੰ ਆਪਣੇ ਬਾਲਾਂ ਨੇ ਸੁਣਾ ਵੀ ਪਰ ਮੈਂ ਆਈ ਦੇ ਲੱਛਾ ਆਈ ਦੇ ਅਲੀ ਖਾਨ ਚੱਲ ਯਾਰ ਮੇਰੇ ਕਰੀ ਤਰੀ ਕੋ ਹਨਾ ਲਾ ਫੇਰ ਸਮਾਨ ਵਿੱਚ ਪੱਖਾ ਚੱਲਦਾ ਆਪਣੇ ਬਾਲਾਂ ਨੇ ਦੱਸ ਹਲਾ ਭਾਵੇਂ ਕੱਲ ਅਖਬਾਰ ਚ ਆਵੇ ਇੱਕ ਬੰਦਾ ਬਿਲਦਾ ਗੇੜ ਤੇ ਕੋਈ ਮਰ ਗਿਆ ਏ ਬੀਬੀ ਕੇ ਇਸ਼ਕ ਨੇ ਤੂੰ ਨਹੀਂ ਹੋ ਮਰਦਾ ਮੇਰਾ ਵੀਰਾ ਨਹੀਂ ਹੋ ਕੋਈ ਤੈਨੂੰ ਤੂੰ ਨਾ ਪਰੇਸ਼ਾਨ ਹੋ ਅੱਲਾ ਦੀਆਂ ਰੱਖਾਂ ਤੈਨੂੰ ਅੱਲਾ ਦੀਆਂ ਤੇ ਰੱਖਾਂ ਆਪਾਂ ਮੇਰਾ ਵੀ ਖਾਨ ਜਿਹੜਾ ਤੂੰ ਕਾ ਤੂੰ ਚੱਲ ਚੱਲ ਗੇੜ ਗੇੜ ਜਿਹੜੀ ਰੱਖਾਂ ਹਾਂ ਜੜ ਸਾਈ ਦੇ ਕਿਹੜਾ ਸੋਹਣਾ ਲੱਛ ਬਣੇ ਹੈ ਹੁਣੇ ਨਾ ਗੇੜ ਦਾ ਕੌਣ ਪਿਆ ਗੇੜ ਦਾ ਕੌਣ ਪਿਆ ਹੈ ਇਹ ਸਿੰਨੇ ਹੀ ਆਖਣਾ ਮੈਂ ਨਹੀਂ ਗੇੜ ਦਾ ਪਿਆ ਅੱਲਾ ਨਹੀਂ ਮੇਰੀ ਭੈਣ ਤੇਰਾ ਹੀ ਕੰਮ ਹੈ ਤੂੰ ਹੀ ਮੰਡੀ ਆ ਐਂ ਕਰ ਹਾਏ ਹਾਏ ਇਹ ਖਾਉਣ ਸੌਖਾ ਹੈ ਨਾ ਔਖਾ ਹੈ ਹੁਣ ਸੇਵੀਆਂ ਦਾ ਨਾਲ ਇਸੇ ਕਦੀ ਨਹੀਂ ਮੈਂ ਤਾਂ ਖਾ ਵਿੱਚ ਵਿੱਚ ਚਬਲ ਵਗ ਗਈ ਹੋ ਮੈਂ ਸੁੱਤਾ ਪਿਆ ਤਾਂ ਮੈਨ ਲੱਗਾ ਬਿੱਲਾ ਮੈਂ ਹੀ ਗੇੜਦਾ ਪਿਆ ਹੋਰ ਤੇ ਮੈਂ ਸਪੀਡ ਹੀ ਤੇ ਰੱਖੂ ਯਾਰ ਅੱਜ ਮੈਂ ਤੁਹਾਨੂੰ ਗੱਲ ਦੱਸਾਂ ਜਦੋਂ ਬੰਦਾ ਖਾ ਵਿੱਚ ਹੁੰਦਾ ਨੇ ਨਾ ਤੇ ਖਾ ਵੇ ਬੰਦਾ ਭੱਜੇ ਉਸ ਕੋ ਤਰੀਖਾ ਨੇ ਭਜਵਿੰਦਾ ਸਾਡੇ ਨਾਲ ਨਹੀਂ ਹੁੰਦਾ ਹਾਂ ਅੱਖੀ ਬੰਦ ਹੋ ਜਾਂਦੀਆਂ ਅੱਖੀ ਬੰਦ ਖਾ ਵਿੱਚ ਅੱਖੀ ਬੰਦ ਹੋ ਯਾਰ ਪਾਲ ਕੇ ਕਿਤੇ ਲੱਗੇ ਕਿਤੇ ਬੰਦ ਰੱਖੇ ਤੋ ਆ ਦੇ ਜਨ ਖਾ ਵਿੱਚ ਅੱਖੀ ਬੰਦ ਹੋ ਨਹੀਂ ਜੇ ਬੰਦਾ ਅੰਨ ਹੋਏ ਬੰਦਾ ਖਾ ਵੇ ਜੇ ਦੇ ਨੂੰ ਖਾ ਬੰਦਾ ਐਂ ਲੱਗਦਾ ਬੰਦੇ ਕੋ ਭਜਿੰਦਾ ਹੀ ਨਹੀਂ ਖਾਵੇ ਮਗਰ ਕੁੱਤਾ ਲੱਗੋ ਵੇ ਨਾ ਤੇ ਐਂ ਲੱਗਦਾ ਜਿਵੇਂ ਬੰਦਾ ਭਜਿੰਦਾ ਉਹਦਾ ਪਿੱਛਾ ਹਟਨੇ ਮੈਂ ਅੱਗੇ ਨੂੰ ਆਦਾ ਪਿਆ ਸਗਵੇਂ ਬਿਰਾਤ ਗਈ ਜਿਹੜੇ ਤੇਰੇ ਘਰ ਵਾਲੇ ਕਾਰ ਕੀਤੇ ਸਾਡੇ ਪੱਲੇ ਕੋਈ ਨਹੀਂ ਚੜਨਾ ਆ ਟੱਲੂ ਆ ਟੱਲੂ ਆ ਟੱਲੂ ਅਬੂ ਓਏ ਆ ਲਿਆ ਚਾਚਾ ਟੱਲੂ ਆ ਨਾ ਕੋਈ ਨੂੰ ਹੱਲੂ ਟੱਲੂ ਆ ਤੂੰ ਅੱਜ ਮੈਂ ਘਰ ਚੱਲ ਮੈਂ ਤੇਰਾ ਤਾਂ ਗੇੜਾ ਗਿੜੇਨੀ ਆ ਤੂੰ ਟੈਨਸ਼ਨ ਨਾ ਲੈ ਜੇ ਤੂੰ ਦੂਰ ਹੋ ਕੇ ਬਾਨਾ ਹੈ ਚਲ ਤੂੰ ਅੱਜ ਮੁੜਵੇ ਦੀਆਂ ਵੱਟੀ ਸੇਵੀਆਂ ਪਹਿਲੇ ਟੱਲੂ ਚਾ ਕੇ ਗੇੜਾ ਗੇੜ ਗੇੜਾ ਨਹੀਂ ਬਿੱਲਾ ਗੇੜ ਤੂੰ ਉਹ ਗੇੜਾ ਪੱਕ ਗਈਆਂ ਸੇਵੀਆਂ ਆ ਪੱਕ ਗਈ ਇਹਨੂੰ ਰੱਖ ਸੜ ਗਈਆਂ ਨੇ ਕਿਹਨੇ ਤੋੜ ਗਈ ਆ ਮਰਦਾ ਇਹ ਅਗਲੀਆਂ ਸੜ ਗਈਆਂ ਹੁਣ ਦੁਬਾਰਾ ਗੇੜ ਅਚੂਰੇ ਚਾਕ ਬਾਲਾਂ ਗਿਆ ਖਲੋਤਾ ਵੀ ਕਿਸ ਤਰ੍ਹਾਂ ਕਰੀਏ ਅੱਛਾ ਉਹ ਤੇ ਲਾਣ ਦੇ ਅੱਛਾ ਉਸ ਤੇਰੀ ਵਾਰੀ ਏ ਪਤਾ ਨਹੀਂ ਤੇਰੇ ਤਦੋਂ ਵਾਟ ਲਾਣੇ ਤੇਰੀ ਮੁੱਢ ਉਠਾਵੇ ਨਹੀਂ ਸੱਲੂ ਤੂੰ ਲਾਂਦੀ ਭਾਈ
हां तो सही आ दी भाई जी मेरी अखी के सामने आओ बाना मेरा देख नहीं लगदा मुलेर इथे इतना टाइम लगना सड़ गई मुलेर खोदी कितना टाइम लगना मैं तेरी कोच नहीं लगदी मैथु वाला नहीं भैणा जट तो पीछे मलवेर तेरा जड़ मार के तो मेरी कार तो नहीं लगो है मैं तेरी फुफी दी थी फॉर्मेट हो वैंदा आलिया भैन ए आ ए दु छपड़ा क्यों बणदे पैन ढिल्ला आटा आदी तो पईया हो थोड़ा हवा भी तंग कीती खलोती है ओ भी कोई नहीं पैसा लेन देन दी ओए हां की डेल मेरे तो बाने पीड़ होगी बिल्ला गेड़ गेड़ के ए दु देख ला तू कल्ला गेड़ा ना ले ए सारे रल के जोर लाया तैनू ढेर भूख लग जांदी है ओ किदे रखे ने सलमा हां जी नहीं ना एक हवा नहीं पई अज कदी आई ला मेरी कांड में मेरी जुआ काढ ही ला बाए के क्यों मैं तेरे मगर मेरी कांड मगर होके बाएगी ए अगु बमाम तो यखना में सामा हूं हेलो सामा हुंदा हर वक्त जुगता ही मारी रखना जुगता ही मारी रखना मानुरो हां जी ओ जेडी नहीं होंदी उन की सदनो मंजी है था ना करा सो की सदनो आ मंजी है जगु करे ना थोड़ी जी यसनो आज यस वर्ग तेरा मुंह कढ़ाई जई ओ लाया कढ़ाई लाया कढ़ाई चा के लाया हो ना बिस्मिल्लाह हुन आज मैंने तो वाल भी बाकी दा वीडियो सुना आगे तो मैं दस सीख ली ए हुन आ किवें करू सबर करे ना पहले हौसला तक कर मर्द सबोरी तो कोई ना होंदो या अयो ता रोला है तोड़ा ते साडा औरतां दे विचो जी आज तू सबर आलियो पता सानू मैं वेख ला सारेयां नू सदा के इस वास्ते के आज साडे नाल सेवियां वटवाओ तैनू सिर्फ खावण दी पई होई है के खावा जल्दी जल्दी ते मैं अंदर करा इना नू अरे तैन पता तेरे हाथ ही बणियो है सेवियां होवे ते मोड़स ते मैं एड़ा जोर दा बिल्ला गेड़े होवे ए ते अल्लाह जिंदगी करे मेरी मां दी जिस मैनू सिखा छड्या वरना मां नूर ते जांगे च रह के कुछ नहीं सिखया मोड़ा तैन भाई जी औरतां नू सारे कम्मां दा वल आवणा चाहीदा एक ते मेरे बाल भी ज्यादा पैसे ने अल्लाह जिंदगी करे मेरी मां दी जे संसेनिया वठन दा वाल सिखा ए ए भाई यमुना मुक्की ते नाक नानकियां ते पहले खास सोची बई सेविया तेरे कोले सिखनी है मेरे तू बता दी पई कुछ वेख लिया करो हुन मेरी बाई दी पीड़ है तुसी ओ अपनी कापस कीती इत्ते बोल वैसे गल सुन तू बेईमान बो तो सारा काम अब्बू को लिया तो ए जेड़ा है ना आ फोन दा बंदा ए काका बा तू ही गेल हुन मेरी आय हा अब बैठ हुन बैठ जाओ और लाया कढ़ाई लाया उरा तंदूरी एक लिया दे विच साफ हो गया नेरी गुल्ली कर लाओ कुछ मैं साफ कर आई हां तो शक्कर आंदी आओ शक्कर आंदी आंदी आ तल्लू गया तो या लेन हला होण उरा मैं तई दसा नाल नाल दस आ आग बल गई है बल गई आंदी ए बुरन काम दे बना आग बलन वाला सारे जाने से ना बली हुई है देखे ही जेड़ा बंदा प्यो नु नहीं छड़दा उस नाल केड़ी किसे गल करनी है प्यो नाली जुगता नु लगा रहना है बार वेले छोरा देला दिल कोई ना ही तेरे नाल मैं गल करा मुंह मुंह मेरा पटाऊं मैं हुन ए आए देखो आग बल गई वाह वाह हुक्का हुक्का मैं ते चिकूंगा एडा सारा मुंह अबू अस्सलाम वालेकुम आ देख अच्छा दाल सुनो मैं देया दौड़ लेन ओथू मैं 5 किलो दौड़ लाते ते आटे वाली चत्ती नहीं ओ ना ते मैं देया है मथे दरेण तारते ना छठर बनाते ते सिलाई मने वे रोला ही पाई रखना है मैं जाई गल करेंदी पया गल नु सुनया कर चक्कर मैं लिया रखी आई पहले ही अच्छा ओ दिखाई ना लोड ग्रैंड करा दी नाले चक्की आटे वाली भी कदी उना ही ग्रैंड की चल फुफी तने थोर दाल दसा पूरे थें दे वेच ना ऐ बिल्कुल हाल हाल पई ठली बिबू सोनिया सेमिया वटें दे पैन धार बिल्ले ते सारी बिलादरी सद्दी होई ने ते पै रगड़ा दे दे बिल्ले दी लाम पे ऐ दू बे ओए सेवी दी खुशबू सेंग के आया सेवी दी खुशबू ते सच्ची सच्ची तन्नू दाल दसा हां अदर तुसी मैनू ना सद्दवा मैं अपने प्यो नु हाथी छला मैं पजड़ी मार लेनी आ मैं छना कल्लू दे मुंह नु फीड़ तू तोर दाता रोड छड्या उस हथे नरम दी जात था दो प्लेटा सेवियां दी फुफी तो उठा ते जाना पहले तो मैं तेन दसा फुफी मर गई है मैं फुफेर हूं संगंदी नु फुफी दे विच फुफेर जमी तर रिश्ता ता फुफी दा ही वेठना है ना वेठना है ना आत्ता ही करेंदा रांदा तैन तो मैं सद्या ही काम करा पर तू मेरा सिर खा दिखा वैसे हित दाल सरा फुफी जावे ले दे सदी तेरा हाथ मैनू फदा ते जांदी ना तो मैं नाक तेरे ते चमचा मारा मोसले अच्छा ले ला मैं मर जावा नहीं तू कोड़ा है चन्ना ते तारे रे मेरा नाच वांदा पे आ मैं लूला लंडड़ा ना ताना मेनू थी ए ने करे पन्नी मण दे इन पन्नी मण दे ते नजरा नहीं जेड़ा मैं पिटा बना है ना बड्डियां दी दल्ला बिल्कुल सच्चियां बणी होई है पर आई दांद हवाना वड्डा हुंदा मैं धरदा बंदा है ना धरदा पीर जिवें हौला हुंदा
ਹੁਣ ਤੇ ਹੋ ਗਈ ਐ ਕਿ ਖਾਪ ਪਾਈ ਬੈ ਮੈਂ ਪਤਾ ਤਾਰ ਲਵਾਂ ਸ਼ਤਾਰ ਜਾਈਦਾ ਚਲ ਵਾਂ ਜਲਦੀ ਲੈ ਕੇ ਆ ਆਏ ਹੋ ਗਈਆਂ ਭੋਜੋ ਅੱਛਾ ਐਵੇਂ ਦਾ ਪੇ ਇਹ ਤਾਂ ਜਦ ਜਦ ਨਹੀਂ ਭੋਜ ਗਈਆਂ ਇਹ ਬਸ ਇਹਨਾਂ ਥੋੜਾ ਜਿਹਾ ਨਾ ਇਹਨੇ ਕੱਚੀਆਂ ਭੁੰਨਿਆ ਕਰੀਂਦਾ ਐਵੇਂ ਦਾ ਪੇ ਕਿੰਨੇ ਦਿਨ ਕੰਮ ਹੋ ਰਹੇ ਨੇ ਇਹ ਆਰਾਮ ਸੇ ਕੰਮ ਇਸ ਨੂੰ 4 ਤੋਂ 5 ਮਿੰਟ ਜਿਹੜਾ ਅੱਗ ਸਹੀ ਬਲਦੀ ਪਈ ਹੋਵੇ ਮਤਲਬ ਕੜਾਈ ਉੱਤੇ ਰੱਖ ਕੇ ਛੱਟ ਕੇ ਦਬਾ ਹੋਣ ਐਸੇ ਗਿਓਸ਼ਿਓ ਨਹੀਂ ਛੱਟਣਾ ਖਾਲੀ ਸੁੱਕੀ ਕੜਾਈ ਦੇ ਵਿੱਚ ਨਾ ਇਹ ਨਹੀਂ ਕਰਕੇ ਭੁੰਨੀ ਰੱਖੀਂਦਾ ਐਵੇਂ ਦਾ ਜਿਸ ਲੈ ਪਿਆਜ਼ਾਂ ਬਰਾਉਨ ਬਰਾਉਨ ਹੋ ਜਾਵੇ ਹਾਂ ਮੋੜੇ ਭੁੱਜ ਗਈਆਂ ਨੇ ਇਹ ਜਿਹੜੀ ਮੇਰੀ ਮਾਂ ਹੁੰਦੀ ਆ ਉਹ ਤਾਂ ਤੰਦੂਰੀ ਭੁੰਦੀ ਆ ਤੰਦੂਰੀ ਚ ਵੀ ਬਹੁਤ ਜਾਂਦੀਆਂ ਥੱਲੇ ਕਾਸ਼ਾ ਰੱਖ ਕੇ ਨਾ ਹਾਂ ਫੇਰ ਉਹ ਇਹ ਦੱਸੋ ਇਹਦੇ ਵਿੱਚ ਥੋੜੀ ਜਿਹੀ ਪਾਲਤ ਪਾ ਲਈਏ ਰਾਇਤਾ ਬਣ ਜਾਸੀ ਪਾਲਤ ਦਾ ਬੇਸ਼ਾਲਾ ਕੁਝ ਨਾ ਭਲੋ ਵੀ ਵੇ ਕਦੀ ਕਦੀ ਮੈਨੂੰ ਸ਼ਰਮ ਹੁੰਦਾ ਕਿ ਤੂੰ ਮੇਰਾ ਮਲਵੇਰ ਹੈ ਗੋਂਗਲੂ ਜੇ ਆ ਪਾਲਕ ਪਾ ਲਈ ਪਾਲਕ ਪਾ ਲਈ ਕਿਉਂ ਗੋਸ਼ਤ ਲੜਦਾ ਵਿੱਚ ਪਾਲਕ ਆਈ ਲਾ ਕੰਮ ਵੇਖ ਇਸ ਦਾ ਬਸ ਦੁਆ ਪੈਦਾ ਗੋਸ਼ਤ ਤੈਨੂੰ ਸਾਰੀ ਜ਼ਿੰਦਗੀ ਬੋਟੀ ਤੇ ਜੜਿਆ ਰਾਂਗੇ ਬੋਟੀਆਂ ਦਾ ਹੀ ਸ਼ੌਕੀਨ ਨੇ ਜੇ ਬ੍ਰੈਲਰ ਕੁੱਕ ਵਾਲਾ ਖਲੋਂਦਾ ਹੀ ਨਾ ਉਂ ਕਿਦਾਂ ਹੀ ਸਾਰੀ ਧਿਆਲ ਹੱਡੀ ਵੇਖ ਲਵੇ ਛੇਤੀ ਉਹ ਤੱਕੇ ਪਾਗਲ ਜਾ ਉਹਨੂੰ ਦੱਸ ਤਾਂ ਸਹੀ ਬੰਨਈ ਵਿੱਚ ਪਾਲਕ ਜਾਂ ਨਹੀਂ ਵਿੱਚ ਗੋਸ਼ਤ ਪਾਉਂਦਾ ਕਿ ਵਿੱਚ ਗੋਸ਼ਤ ਪਾਉਣਾ ਉਹਨੂੰ ਸਮਝਾ ਕੇ ਕੀ ਕਰਨਾ ਉਹਨੂੰ ਸਮਝਾ ਕੇ ਕੀ ਕਰਨਾ ਹੈ ਉਹ ਬਾਕੀ ਗੋਸ਼ਤ ਕੋਣ ਚੰਗਾ ਵੇ ਅੱਲਾ ਦਨਾਈ ਵੇ ਉੱਠਾ ਮੇਰਾ ਸਿਰ ਨਾ ਖਪਾ ਇੱਕ ਮੈਨੂੰ ਹਵਾ ਤੰਗ ਕੀਤੀ ਖਲੋਤੀ ਹੈ ਅੱਗ ਬਾਲ ਨਹੀਂ ਪਈ ਸਕਦੀ ਨਾ ਖਪਾਵੋ ਬੜਾ ਪਾਣੀ ਦੇਵੋ ਵਿੱਚ ਗੋਸ਼ਤ ਜਿਹੜਾ ਨਾ ਦੁਨੀਆ ਸੇਵੀ ਵਿੱਚ ਪਾਉਂਦਾ ਬਹੁਤ ਤੰਗ ਕਰਦੇ ਹੋ ਭਾਈ ਤੁਸੀਂ ਦੁਈ ਪਿਆ ਦੀ ਲੱਖ ਲਾਣਾ ਤੇ ਦੁਈ ਪਿਆ ਦੀ ਦੁਨੀਆ ਸੇਵੀਆਂ ਚ ਪਾਉਂਦਾ ਨੂਡਲ ਜਿਹੜੇ ਹੁੰਦੇ ਉਹਨਾਂ ਦੇ ਪੰਦਾ ਨਹੀਂ ਹੈ ਉਹ ਪਲਾਸਟਿਕ ਦੀ ਸੇਵੀਆਂ ਜਿਹੜੀਆਂ ਆਉਂਦੀਆਂ ਆ ਫੂਕਾ ਮਾਰ ਦੰਦ ਡੱਠੇ ਹੋਏ ਨਹੀਂ ਹੁਣ ਇਹ ਐਵੇਂ ਦਾ ਪਿਆ ਇਹ ਗਈ ਹੈ ਬਹੁਤ ਸੇਵੀ ਵਿੱਚ ਬਿਲਕੁਲ ਸੋਹਣੀ ਹੈ ਤਿਆਰ ਹੋਈ ਪਈ ਹੈ ਚੱਲ ਬਸ ਕਰ ਮੱਠੀ ਅੱਗ ਬਾਲ ਬਸ ਕਰਨਾ ਹੈ ਯਾਰੀਆਂ ਸਾੜ ਵਈ ਸੈਣ ਇਹ ਮੱਠੀ ਮੱਠੀ ਅੱਗ ਬਲਿੰਦੀ ਹੈ ਥੱਲੇ ਇਹਦੀ ਜ਼ੋਰ ਦੀ ਨਹੀਂ ਅੱਗ ਬਲਿੰਦੀ ਕਿਉਂਕਿ ਸੇਵੀ ਸੜ ਜਾਂਦੀ ਹੈ ਬਸ ਕਰ ਆਪ ਹੀ ਲੈ ਲਾ ਹੋ ਗਈਆਂ ਓਏ ਹੁਣ ਜਦੀਦ ਦੌਰ ਆਇਆ ਪਤਾ ਨਹੀਂ ਆ ਸਾਡੇ ਗਵਾੜੀਆਂ ਸਿਲੰਡਰ ਵੀ ਆਇਆ ਪਏ ਨੇ ਹਾਂ ਆ ਅਗਲੇ ਉਹ ਸਿਲੰਡਰ ਜੇ ਤਾਂ ਐਂ ਕੋ ਸੋਚ ਨਹੀਂ ਕਰਨੇ ਨਹੀਂ ਐਂ ਤਿੱਲੀ ਲੈਣੇ ਨਹੀਂ ਚੀਜ਼ਾਂ ਹਰ ਸ਼ੈ ਅੱਜ ਕੱਲ ਦੇ ਦੌਰ ਦੇ ਵਿੱਚ ਨਾ ਹਰ ਚੀਜ਼ ਲੱਭਦੀ ਹੈ ਲੇਕਿਨ ਸਿਲੰਡਰ ਆ ਗਿਆ ਜਿਹੜੀ ਤੂੰ ਬਸ ਸਿਲੰਡਰ ਹੀ ਆ ਗਿਆ ਅੱਗ ਵਿੱਚ ਕੋਲੇ ਪਾਓ ਤੇ ਬਿਜਲੀ ਤੇ ਲਾ ਕੇ ਉਹ ਬਣ ਜਾ ਜਿਹੜੀ ਚਾਸਾ ਲੱਕੜੀ ਦੀ ਹੈ ਨਾ ਜਿਹੜੀ ਖਾਣਾ ਪੱਕਾ ਹੀ ਸਜੜੀ ਦੀ ਲਜ਼ਤ ਲੱਕੜੀਆਂ ਦੀ ਅੱਗ ਦੀ ਉਹ ਕਿਦਾਂ ਐਵੇਂ ਕਾਇ ਨਹੀਂ ਯਾਦ ਰੱਖਿਆ ਲੱਕੜੀ ਤੇ ਤੇਰੀ ਇੱਕ ਗੱਲ ਕਿਉਂ ਉਹ ਚੀਜ਼ਾਂ ਖਾ ਲੈ ਸੀ ਅੱਛਾ ਕਿਉਂ ਸ਼ੁਕਰ ਹਾਂ ਤੇ ਜੋ ਮੈਂ ਬਲ ਯਾਰ ਵੇਲੇ ਆਪਣਾ ਭਾਂਡਾ ਹੀ ਸਲਾਈਂ ਦੀ ਰਾਂਦੀ ਹੈ ਤੇਰਾ ਵੀ ਉਹ ਸ਼ਰ ਹੈ ਹਾਂ ਤੇ ਦੋ ਮੈਂ ਬਲਦੀਆਂ ਦੋ ਮੈਂ ਬਲਦੀਆਂ ਜਿਵੇਂ ਤੂੰ ਸੜਿਆ ਬਦ ਚੁੱਕ ਕਰਕੇ ਬਾਮ ਨੱਕ ਤੇ ਮਰਸਾ ਸਿਰ ਖਾਦੀ ਫੂਕਾ ਮਾਰ ਚੋਰਾ ਮੈਨੂੰ ਦੇ ਦੇ ਉਹ ਦੂਵੇ ਪੈ ਦਿਆ ਮਾਰ ਉਸ ਓਏ ਦੂਵੇ ਫੂਕਾ ਦੂਵੇ ਤੇ ਤਰੀ ਵਾਰੀ ਨੇ ਫੂਕਾ ਹੀ ਮੋਖ ਜਾਣੇ ਕੋ ਫੂਕਾ ਨਾ ਮਰਾ ਆਪੀ ਬਾਸ ਕਰੋ ਲਾ ਲਵੋ ਤੁਸੀਂ ਤਾਂ ਤੋ ਪਿਟਾ ਦਿੱਤੀ ਥਲੇ ਓਏ ਮੈਨੂੰ ਤਾਂ ਦਿਓ ਨਾ ਮੈਂ ਤਾਂ ਜਾ ਹੱਥੇ ਬਣਾ ਤੇ ਖਾਣਾ ਨਾ ਇੱਧਰ ਤੇਰੀ ਜਾੜ ਵੰਗਾਈ ਖਾਈ ਇਕੱਠੇ ਬਾ ਕੇ ਬਣਾਈ ਸੁਦੀ ਖਾਈ ਖਾ ਸੋ ਮੈਂ ਤਾਂ ਕਮਲਾ ਆਇਆ ਵਾ ਤਾਂ ਹਰ ਟਾਈਮ ਖਾਵਣ ਖਾਵਣ ਲੱਭੀ ਤੇ ਕੀ ਕੀਤੀ ਹੈ ਪਰਾ ਠਾ ਛੜਦਾ ਹੈ ਆ ਨੱਪੀ ਬਰਾਗ ਦਾਂਦੀ ਹੈ ਵਾਹ ਤੱਲੂ ਵਾਹ ਹੈ ਤੱਲੂ ਜੇ ਫਲ ਚਮਚੀ ਐਂ ਠੱਟ ਅੱਲਾ ਦਾਲ ਸੁਣੋ ਉਹ ਲੱਟੜ ਦੀ ਡੋਈ ਨਹੀਂ ਹੁੰਦੀ ਲੱਟੜ ਦੀ ਡੋਈ ਹਾਂ ਉਹਦੇ ਨਾਲ ਬੰਦਾ ਐਂ ਚਾਵੇ ਢੇਰ ਸਿੰਡੀਆਂ ਫੇਵੀ ਤੇ ਮੂੰਹ ਐ ਡੋਈ ਆ ਰਹੀ ਹੈ ਤੇਰਾ ਮੂੰਹ ਗੱਤ ਕੇ ਬੰਦਾ ਸੇਵੀਆਂ ਇਕੱਠੀਆਂ ਖਾ ਲਵੇ ਆਏ ਹੁਣ ਵੇਦਾ ਪਿਆ ਆਏ ਪਿਆ ਪਾਣੀ ਹਾਂ ਇਸ ਨੂੰ ਹੁਣ ਜੀ ਕੀ ਕਰਨਾ ਹੈ ਚੁੱਲ੍ਹੇ ਤੋਂ ਰੱਖ ਆਏ ਅੱਗ ਤੇ ਰੱਖ ਛੱਡਿਆ ਲਾ ਸ਼ੱਕਰ ਕਿਦਾ ਕੀਤੀ ਐ ਸ਼ੱਕਰ ਬਿਜਲੀ ਵੱਧ ਗਈ ਐ ਉਹ ਦੌਰੇ ਨਾਲ ਥੋੜ ਤੇ ਲਾਇਆ ਵਾ ਓ ਅੱਗੇ ਪਾਗਲ ਤੂੰ ਉਸ ਤੋਂ ਵੱਡੀ ਪਾਗਲ ਉਹਦੇ ਨਾਲ ਨੇ ਮੇਰਾ ਸਿਰ ਖਪਾਈ ਬੈਠੀ ਸ਼ੱਕਰ ਆਈ ਪਈ ਏ ਅੱਛਾ ਚਲੋ ਠੀਕ ਏ ਫਿਰ ਦਾਲ ਤਾਰ ਲਵਾਂ ਮੈਂ ਰੱਖ ਮਲਵੇਰ ਤਾਰੜੀ ਨਹੀਂ ਓ ਇੰਡੀਆ ਦਾ ਦਾਣਾ ਹਾ ਮਲਵੇਰ ਬਣ ਗਈਆਂ ਇਹ ਪਤਾ ਨਹੀਂ ਰਿਸ਼ਤੇ ਤੇ ਉਹ ਮੈਨੂੰ ਭੁੱਲ ਜਾਂਦੇ ਉਹ ਦਾਣਾ ਹਾ ਨਾ ਇੰਡੀਆ ਦਾ ਦਿਲ ਸੀ ਹਾਲਤ ਤਿਸ ਨੂੰ ਬਤਾਏ ਓ ਮੈਂ ਵੀ ਪਾਦਲ ਤੇ ਤੂੰ ਵੀ ਪਾਦਲ ਮੈਂ ਵੀ ਪਾਦਲ ਤੇ ਤੂੰ ਵੀ ਪਾਦਲ ਹੁਣ ਮੈਨੂੰ ਆਪਣੇ ਨਾਲ ਪਾਗਲ ਬਣਾਈ ਬੈਠੀ ਸਹੀ ਆਤਾ ਪਿਆ ਮੈਂ ਪਾਗਲਾ ਮੁੜ ਸੀ ਨਹੀਂ ਤਾਂ ਮੈਂ ਵੀ ਆਸ ਰਛਣੀ ਉਹਦੇ ਮੂਤਰੀ ਠਲੀ ਥੋੜਾ ਮੈਂ ਤੇਰੇ ਉੱਤੇ ਤਾਂ ਰੱਥਾਂ ਹੀ ਸਹੀ ਕੌਣ ਮੂਤਰੀ ਖਲੀ ਨਹੀਂ ਨਹੀਂ ਦਲ ਤੂੰ ਮੂਤਰੀ ਠਲੀ ਓਏ ਮਹੀਨਾ ਕਿਉਂਗੇ ਹਾਂ ਨਾ ਮੇਰੀ ਜ਼ਬਾਨ ਨਹੀਂ ਹੋ ਜੇ ਮੈਂ ਟਰੀਟਰ ਹਾਂ ਅੱਛਾ ਗੱਲ ਤੂੰ ਮੁਕਦੀ ਖਲੋ ਹਾਂ ਅੱਛਾ ਇਹ ਪਾਣੀ ਉਬਾਲ ਕੇ ਵੀ ਗਤਨਾ ਹੋਇਆ ਜਿਸ ਲਈ ਪਾਣੀ ਉਬਲ ਜਾਸੀ ਨਾ ਉਹ ਲਗਦੀਆਂ ਉਸ ਲਈ ਸੇਵੀਆਂ ਚਾ ਕੇ ਵਿੱਚ ਕਰ ਮੁਰਦੇ ਸਿੱਧਿਓ ਮੈਂ ਸਿੱਧੂ ਲਾਇਆ ਮਾ ਆਇਆ ਪਿਆ ਆਇਆ ਪਿਆ ਜਿਹੜੇ ਸ਼ਲਵਾਰ ਸਿਵੈਂਦੇ ਨਾ ਹਾਂ ਉਹ ਨੇਫੇ ਦੀ ਜਾ ਵੀ ਜ਼ਰੂਰ ਰੱਖਦੇ ਮੇਰੀ ਬੈਂਡ ਤੰਗ ਕੀਤੀ ਬੈਠਾ ਹੈ ਹੈ ਓਏ ਬੈਂਡ ਕਿਉਂ ਤੰਗ ਕਰ ਰਹੇ ਤੇਰੀ ਤੂੰ ਪਾਰਟੀ ਵੀ ਨੂੰ ਸਵਿੰਦ ਹੈ ਗਰਮ ਤਾਂ ਹੋ ਲਵੇ ਠੀਸ਼ਾ ਤੂੰ ਤਾਂ ਵੀ ਪਾਰਟੀ ਸ਼ਲਵਾਰ ਨੂੰ ਸਵਿੰਦ ਪੁੱਠੀਆਂ ਦੱਲਾਂ ਤੇ ਲੱਦਾ ਪਾਣੀ ਹੋਰ ਲੈ ਪਾਣੀ ਥੋੜਾ ਹੈ ਕਿਸੇ ਹੋਰ ਪਾਣੀ ਪਾਵਣਾ ਹੈ ਉਹ ਤੂੰ ਕਿਸੇ ਭਾਂਡੇ ਦੇ ਵਿੱਚ ਨਾ ਬਸ ਭਾਈ ਇੱਕ ਤੈਨੂੰ ਗੱਲ ਕਰਾਂ ਤੱਲੂ ਨੂੰ ਡਾਡਾ ਜ਼ਲੀਲ ਕਰਦੇ ਹੋ ਤੇਰੀ ਹਿੰਮਤ ਹੈ ਜਿਹੜੀ ਭਾਈ ਇਹਨ ਸੰਭਾਲੀ ਵਧੀ ਕਮਲਾ ਜਿਹਾ ਨਾ ਹੋਵੇ ਤਾਂ ਹੁਣ ਕੀ ਕਰਾਂ ਮਾਂ ਪਿਓ ਦੀ ਇੱਜ਼ਤ ਨੂੰ ਵੇਖੀ ਹੋਇਆ ਹੈ ਵੀ ਸਾਡੇ ਮਾਂ ਪਿਓ ਦੀ ਇੱਜ਼ਤ ਨਾ ਖਰਾਬ ਹੋਵੇ ਪਰ ਮੇਰੇ ਮੀਆਂ ਜੂਏ ਹਾਂ ਨਹੀਂ ਉਹ ਵੇਖਣ ਕੀ ਹੈ
ਬੰਦੇ ਤੈਨੂੰ ਨਹੀਂ ਆਉਂਦੇ ਹੋ ਸੰਗਤ ਤੇਰੀ ਹਿੰਮਤ ਜਿਹੜੇ ਮਾਨ ਸਮਾਲੀ ਬੰਦੇ ਤੇ ਹੋਰ ਤੇਰੀ ਮਾਨ ਤੋਂ ਕੋਈ ਨਹੀਂ ਆਦੀ ਕਿ ਮਾਨ ਵਰਗਾ ਕੋਈ ਵੀ ਨਹੀਂ ਆ ਤੇ ਤੂੰ ਕਿਹੜਾ ਗੁੱਥਲਾ ਜਿਹਾ ਜ਼ਲੀਲ ਕੀਤੀ ਰੱਖਣਾ ਸਾਰੀ ਬਸ ਗੋਟੀਆਂ ਛਿੱਕਣ ਵਾਸਤੇ ਸੁਣਿਆ ਮੈਂ ਗੁੱਥਲਾ ਸੱਦਿਆ ਹਲਾ ਇਹ ਗੱਲ ਦੱਸੋ ਮੈਂ ਤਾਂ ਤੁਸੀਂ ਸਾਰਿਆਂ ਨੂੰ ਸੱਦਿਆ ਤਾਂ ਸਹੀ ਗਲਤੀ ਤਾਂ ਸੱਚ ਹੈ ਕਿ ਮੈਂ ਦੱਸਿਆ ਕਿ ਮੈਂ ਸੇਵੀਆਂ ਵਟਣੀਆਂ ਮੇਰਾ ਦਿਲ ਤੇ ਇਹ ਹੈ ਮੈਂ ਨਾਸ਼ਤਾ ਹੀ ਨਾ ਆਂਦਾ ਕਰੇਨੇ ਆ सारा दिन तेरा जिगर खराब ना मेदा खराब ना तेनू कोई मसला बन सी ए ठंडी होंदी सेवी घर देसी आटा ਉਸਦਾ ਤੈਨੂੰ ਪਤਾ ਹੈ ਵੀ ਉਸਦੇ ਸੇਵੀ ਵੱਟੀ ਹੋਈ ਹੋਵੇ ਤਾਂ ਉਹਦੀ ਆਪਣੀ ਚਾਸੇ ਸਹੀ ਗੱਲ ਹੈ ਤੇ ਮੈਂ ਤਾਂ ਨਹੀਂ ਦਾ ਇੱਕ ਟੋਪੇ ਮੈਂ ਤੈਨੂੰ ਦੇਸਾਂ ਆਟੇ ਦੇ ਵੱਟੀ ਲਵਣੀ ਆਪਣੇ ਘਰ ਵਾਸਤੇ ਵੀ ਤੇ ਹੋਰ ਕਿ ਇਹਨਾਂ ਕੀ ਮੰਗੇ ਦੋ ਅੱਖੀ ਸਹੀ ਹੈ ਤੂੰ ਸਹੀ ਆ ਜੀ ਕਿ ਮੈਂ ਵਾਟ ਲਈ ਸਾਂ ਆਹ ਇਹ ਕਿੰਨੀ ਮੁਸ਼ਕਿਲ ਹੈ ਨਾ ਅੱਜ ਤੱਕ ਅੱਖੀ ਨਾਲ ਵੇਖ ਲਈਆਂ ਬਣਦੀ ਹੋਈਆਂ ਸਲਮਾ ਤੁਸੀਂ ਵੀ ਸ਼ੌਕ ਦੀ ਖਾਂਦੇ ਹੋ ਕੋਈ ਨਾ ਨਹੀਂ ਮੈਂ ਤਾਂ ਖਾਂਦੀ ਹਾਂ ਤੇ ਤੇਰਾ ਘਰ ਆਲਾ ਉਹ ਵੀ ਖਾਂਦਾ ਹੈ ਸਲਮਾ ਬਲਾ ਕੈਸਾ ਛੁੜੇ ਦੀ ਸਲਮਾ ਦੇ ਕੋ ਤਾਂ ਕੱਚਾ ਆਟਾ ਹੀ ਰੱਖੋ ਵਾਈ ਖਾ ਵਈ ਸੀ ਸਲਮਾ ਆਪਣਾ ਪਤਾ ਕੋਈ ਨਹੀਂ ਹੋ ਕੱਚੀਆਂ ਬੋਟੀਆਂ ਕੱਢ ਕੇ ਅੱਲਾ ਮੇਕ ਪਿਤਰੇਰੀ ਲੜਦੀਆਂ ਆਪਾਂ ਸੇ ਅੱਲਾ ਤੁਸੀਂ ਪਿਤਰੇਰੀ ਹੁਣ ਜਾਓ ਨਾ ਹਾਂ ਲੱਸੀ ਚਰਸੀ ਬਣਾਓ ਉੱਥੇ ਕੋ ਆਗ ਨਾ ਸੇਵੀਆਂ ਨਾਲ ਲੱਸੀ ਕਿਤੇ ਬਣਾਵਣੀ ਹੈ ਇੰਨੀ ਅੱਲਾ ਕਾਸ਼ਾ ਬਣਾਓ ਸੇ ਇਹ ਇੱਥੇ ਤਾਂ ਜਾਓ ਸਾਡੇ ਸੌ ਦੁੱਖ ਸੁੱਖ ਦੀ ਗੱਲ ਦੇਖੀ ਵੇਖੀ ਨਹੀਂ ਆਉਂਦਾ ਕਿਹੜਾ ਠਰਕੀ ਹੈ ਪਿਆ ਜਾਣ ਕਿ ਉਠਾਈਂਦਾ ਬੈਠਾ ਵੇ ਕਿਵੇਂ ਉੱਠੀ ਮੈਂ ਕੋ ਗੱਲ ਕਰ ਲਵਾਂ ਹਾਂ ਸਾਣੀ ਕੋਲ ਤਾਂ ਕੱਲਾ 2 ਮਿੰਟ ਬਹਿ ਰਵਾਂ ਚਲ ਆ ਜਾ ਸਲਮਾ ਬਾਜਾ ਜਾਂਦੀ ਆ ਪਈਆਂ ਕਰੋ ਤੁਸੀਂ ਗੱਲ अपने ਮੈਨਾਂ ਅੱਖੇ ਜਣੇ ਇੱਕ ਮੰਜੀ ਤੇ ਰਲ ਕੇ ਨਾ ਬੋ ਆਪ ਸਾਰੇ ਜਣਗੇ ਇਤਨੇ ਬਾਲ ਸੀ ਆਵਾਜ਼ ਚੋ ਗਏ ਆ ਆਪਣੇ ਜਨਾਂ ਨਾਲ ਕੋਈ ਨਾ ਬੰਦ ਬੋ ਬਾਤ ਦੇੜ ਕੇ ਗੱਲ ਹੈ ਨਾ ਸ਼ਰਮ ਨੂੰ ਆਂਦਾ ਹਲਾ ਹੁਣ ਕਿਸੇ ਹੋਰ ਜਨਾਂ ਨਾਲ ਜਾ ਕੇ ਬਦਤਮੀਜ਼ੀ ਕਰਾਈਓ ਜੀ ਕੱਚਾ ਅੱਜ ਦੀ ਵੀ ਗੱਲ ਕਰ ਲਈ ਕਰ ਵੇ ਸਾਰੀ ਜ਼ਿੰਦਗੀ ਚਗਲੀ ਬਣਿਆ ਵਸਤੀ ਅੱਛਾ ਬਿਸਮਿਲ੍ਲਾਹਿਰ ਰਹਿਮਾਨ ਰਹੀਮ ਇਨਸਾਨ ਤੇ ਪੰਜ ਨਮਾਜ਼ਾਂ ਫਰਜ਼ ਹਨ ਇਨਸਾਨ ਨੂੰ ਅਦਾ ਕਰਨੀ ਚਾਹੀਦੀ ਹੈ ਅਸੀਂ ਮੁਸਲਮਾਨ ਹਾਂ ਆਪ ਬਾਵੇਂ ਤੂੰ ਵੇਖ ਕੀ ਅਦਾ ਨਾ ਕਰੇ ਲੋਕਾਂ ਨੂੰ ਅਗਾਂ ਦੱਸਣਾ ਸ਼ੁਰੂ ਕਰ ਤੁਹਾਨੂੰ ਵੀ ਗੱਲ ਚਾਹੀਦੀ ਨਹੀਂ ਲੱਗੀ ਮੈਂ ਮੋ ਮਰ ਜਾਵਾਂ ਇਹ ਵੀ ਚਾਜ ਦੀ ਗੱਲ ਨਹੀਂ ਲੱਗੀ ਆਵੜ ਚੜਦੀ ਹੈ ਮੈਂ ਤੇਰੇ ਤੇ ਕਦੀ ਕਦੀ ਸੱਚੀ ਉਰਾ ਇਦੂ ਕਿ ਵੀ ਲੱਕੜੀ ਚਾ ਕੇ ਦੇ ਚਾ ਸਲਮਾਨ ਨੂੰ ਉਠਾ ਛੱਡੇ ਚੋਣ ਬੈਠੀ ਆਗ ਬਲੇ ਹਾਂ ਲੈ ਨਾ ਸਾਡੇ ਬਾਲ ਹੋਣੇ ਤਾਂ ਸਾਡਾ ਕੁਝ ਨਹੀਂ ਜਿਹੜੀ ਕਿ ਗੱਲ ਹੋਵੇ ਉਹਨੂੰ ਉਠਾ ਛੱਡੇ ਉਹਨੂੰ ਇੱਕ ਤੇ ਮੈਂ ਜਿਹੜੀ ਗੱਲ ਕਰਦਾ ਮੈਂ ਲੈ ਲਾਂ ਉੱਠੀ ਚਾਹ ਦੇ ਲੱਕੜੀ ਮੋੜ ਪਤਾ ਲੱਗੇ ਨਾ ਬਸ ਗੱਲ ਗੱਲ ਲੱਕੜੀ ਚਾਹ ਦੇ ਹੀ ਕਰ ਦੇਖੋ ਮੇਰੀ ਜਜ਼ਬਾਤ ਹੀ ਕਹਿੰਦੇ ਮੇਰੇ ਸਹੀ ਆਦਾ ਅੱਬਾ ਇਹਨੂੰ ਗੱਲੇ ਹੋਇਆ ਵੀ ਆ ਨਾ ਆੜਾ ਤੇ ਸਾਰਾ ਦੇ ਉੱਥੇ ਬੋਰੀਆਂ ਚਾਹ ਕੇ ਲਹਿੰਦਾ ਤੇ ਸੱਟਦਾ ਇਹਦਾ ਜਿਹੜਾ ਨਾ ਜਜ਼ਬਾਤ ਉਥਾਈ ਮੁੱਕ ਵੈਂਦੇ ਹਨਾ ਵੇਖ ਲਾ ਤੂੰ ਜਾ ਫਿਰ ਨੂੰ ਆਪਣੇ ਜਨਾਨ ਨਾਲ ਐਡੀ ਮਿੱਠੀਆਂ ਗੱਲਾਂ ਕਰਦੇ ਨਹੀਂ ਨਾ ਸ਼ਰਮ ਕਰਦੇ ਨਹੀਂ ਨਾ ਹਿਆ ਕਰਦੇ ਨਹੀਂ ਮੇਰੇ ਸਾਹਮਣੇ ਡਰੇ ਰਹਿੰਦੇ ਨੇ ਕਮਰਾ ਕਿਸ ਵਾਸਤੇ ਬਣਿਆ ਤੂੰ ਮੈਨੂੰ ਇੱਕ ਗੱਲ ਦੱਸ ਉਹ ਢਾਣ ਵਾਸਤੇ ਬਣਿਆ ਤੇ ਮੈਂ ਕਿਸ ਵਾਸਤੇ ਬਣਿਆ ਮੈਂ ਮਰਨ ਵਾਸਤੇ ਬਣਿਆ ਹਾਂ ਸਲਮਾ ਲੱਕੜੀ ਚਾਹ ਦੇ ਉਸ ਉਹ ਠਹਿਰ ਤਾਂ ਹੈ ਹਾਂ ਇਹ ਤਾਂ ਬੜੇ ਤੱਥਾਂ ਚੋਂ ਹਾਸੇ ਨਹੀਂ ਚੱਲਦੇ ਪਏ ਹਲਾ ਡਾਲ ਸੁਣ ਯਾ ਮਾਂ ਨਿਕਲੇ ਆਏ ਨਾ ਮੈਂ ਤੇ ਹੁਣ ਟੱਲੀ ਬੈਠੀ ਹੋਣੀ 5 ਮਿੰਟ ਜਾ ਤੇ ਡੱਪ ਛਾਪ ਲੈਣਾ ਇੱਥੇ ਦੀ ਮੈਂ ਤੈਨੂੰ ਖਾ ਬਿਸਨੇ ਸੇ ਰਾਇਆ ਮੈਨੂੰ ਹਾਂ ਪਾਚੀ ਨੂੰ ਹੁੰਦਾ ਮੈਂ ਕਿਉਂ ਖਾ ਬੈ ਨਜ਼ਰ ਆਵੇ ਕਿਉਂ ਲੋਥਾਂ ਤਾਂ ਮੈਂ ਬੜਾ ਨਜ਼ਰ ਆਉਂਦਾ ਤੇ ਲੋਥ ਮੈਨੂੰ ਨਜ਼ਰ ਆਉਂਦੇ ਤੇ ਮੈਂ ਤੈਨੂੰ ਥਿਉਂ ਨਹੀਂ ਨਜ਼ਰ ਆਉਂਦਾ ਆ ਸ਼ੈਤਾਨ ਜਿਹੜਾ ਅਕਸਰ ਲੋਗਾਂ ਨਜ਼ਰ ਆਉਂਦਾ ਆ ਸਾਡੇ ਘਰ 5 ਵਕਤ ਦੀ ਨਮਾਜ਼ ਪੜੀਂਦੀ ਇਸ ਵਾਸਤੇ ਸੰਤ ਨੂੰ ਨਜ਼ਰ ਕੋਈ ਬਲਾ ਥੁਦਾ ਦੇ ਆ ਹੁਣ ਪਤਾ ਲੱਦਾ ਨਾ ਬਈ ਤੂੰ ਮੈਨੂੰ ਸ਼ੈਤਾਨ ਦੇਣੀ ਛਲੀ ਹੈ ਹੈ ਨਹੀਂ ਮੇਰਾ ਤਾਂ ਅੱਲਾ ਮਾਫੀ ਦੇਵੇ ਮਾਮੇ ਦਾ ਪੁੱਤਰ ਹੈ ਹਾਂ ਮੈਂ ਤੈਨੂੰ ਉਹ ਗਲਤ ਨਹੀਂ ਕੀਤੀ ਹਾਂ ਅੱਛਾ ਤਾਂ ਉਸ ਦੀ ਤਾਂ ਸ਼ੈਤਾਨ ਗਿਣਿਆ ਤੂੰ ਸ਼ੈਤਾਨ ਕੋਈ ਨਹੀਂ ਵਾਹ ਤੱਲੂ ਵਾਹ ਇਹ ਕੀ ਬੈਠਾ ਕਰਨਾ ਹੈ ਮੈਂ ਛੜ ਬੰਨਿਆ ਟਰੋਟੀ ਨਾਵੇਂ ਆ ਤੂੰ ਇੱਥੇ ਤੇ ਮੇਰੀ ਕਸਮ ਤੇ ਬਹਿ ਕੇ ਜਾ ਠਰਕਾ ਬੁਰੇ ਨਾ ਮੇਰੀ ਗੱਲ ਸੁਣ ਮੈਨੂੰ ਰਾਤੀ ਛਾਪ ਆਏ ਮੈਨੂੰ ਤੇਰੀ ਤਸਾ ਤੂੰ ਮਰੇ ਜੇ ਮੈਂ ਟੂੜ ਮਾਰਾ ਇਨਸ਼ਾਅੱਲਾ ਦੇ ਨਾ ਮੇਰੀ ਗੱਲ ਮੈਨੂੰ ਰਾਤੀ ਛਾਪ ਆਇਆ ਮੇਰੀ ਮਲਵੇਰ ਜਿਹੜੀ ਹੈ ਨਾ ਦੁਨੀਆ ਤੋਂ ਚਲੀ ਗਈ ਮੈਂ ਚੈਤ ਤੇ ਤਾਂ ਬਿਜੀਂਦੀ ਹੈ ਜਾਂ ਮਰਦੇ ਅੱਜ ਮੈਂ ਤੈਨੂੰ ਸਮਝਾ ਯਾਦ
असल मेरा पुत्र गल जैसे ढोर रज जावे ना तो शेर वेख ले उसल मोर ढोर रह जांदा है पठ पुत खत्म हो जांदा है रबड़ तरह छकींदे वइंदे पता नहीं के आंदा खांदे पींदे गलदे वइंदे चाचा हुन के बंदा तो अनवाख के मैं तेरा चाचा ते होर तेरे में मुंह ते मार रही है चगल जई ते होर चाचा नहीं हूं तो होर की है आ देखो अब के लगना है चाचा ही है ओ काशा पकाई लो इतनी सेवी वटी भी उस नाल हो के सारी वटी तू सही तो सियासत कीती है भाई आप भी लागेड़ो आप भी लागेड़ो हां तो तू सलाई गेड़ना मेरा पियो ते होर का गेड़ना ए एक भला की करन दियो भांडा में चा के बाहर भाग जावे मुड़ंदे रह जावे बाहर भाग जावे ते बिल्ला ना गेड़ना सारी जिंदगी ना हां जड़ी है ना दूसरी मानूर पितरे दा मारण ते रही है हार वे कदी निसु काम ते हाथ फदाई इस दित्ती कदी दित्ती हो बस ते काम करन दा फायदा के है नु मलन की एक गल मैं दस तो मैं आख्या मैं पानी पी के आंदा पिया मोड़ मैं तेरा बिल्ला गड़े सा मोड़ उस बाद तो मैं हूं तो इन्हें देर आया मैं कला हंगार दिया मलन दी तू भी सुन ला गल सुनी जरा थे आए वे सतीम त्रै चार बिले लाके ना पहले हेक तो गेड़ लो गेड़ा नहीं पे तो त्रै चार एडा चलिया वा भी टीका लवा के मरण नु मर जा चंगा चाचा डाल तो ना तबड़ी से नहीं तेरी से हाथ शितारी डुलर दी उनसे हाथ वाली बदी है मैं उधार ला दे तेरे को
ਆਉਂਦਾ ਤੇ ਮੇਰੇ ਘਰ ਵਾਲਾ ਜੱਟ ਮੇਰੇ ਕੋਲ ਬੈਠਾ ਮੇਰੇ ਕੋਲ ਆਉਂਦਾ ਹੈ ਉਹ ਅਫਰੀਕਾ ਸੰਕਲ ਖਲੋ ਕੇ ਲਗਾ ਵੈਂਦਾ ਕਿ ਸਮਾਨੀਆਂ ਤੋਰਾ ਬਾਜਿਆ ਮੇਰੇ ਨਾਲ ਅਸੀਂ ਉਥਾਂ ਹੀ ਦੋਵਾਂ ਵੀ ਨਹੀਂ ਤੇ ਘਰ ਤੁਸੀਂ ਥਾਣੇ ਚ ਹੁੰਦੇ ਹੋ ਉੱਥੇ ਤੁਹਾਨੂੰ ਟਾਈਮ ਨਹੀਂ ਲੱਗਦਾ ਉੱਥੇ ਬਾਰੀ ਬਾਰੀ ਬਦ ਹੁੰਦਾ ਸੱਸ ਸੋਹਰਾ ਦੇਖੇ ਮੇਰੇ ਸੋਹਰੇ ਦਾ ਤਾਂ ਹਿਆ ਹੀ ਕੋਈ ਨਹੀਂ ਬੈਠੇ ਥੋੜਾ ਹਿਆ ਹੋਵੇ ਮੈਨੂੰ ਤਾਂ ਮਾਲੂਮ ਹੁੰਦਾ ਹੈ ਤੇ ਮੈਂ ਆਇਆ ਹੋਇਆ ਉਧਾਰਾ ਹੁਣ ਫੱਟ ਕੇ ਬਵੀ ਸਲਮਾ ਫੱਟੀ ਬੈਠੀ ਧਿਆਨ ਕਰੀ ਹੱਥ ਵੀ ਸੜਸ ਨਹੀਂ ਅਸਲ ਨਾ ਥੋੜਾ ਟਾਈਮ ਮੈਨੂੰ ਅੰਦਰ ਲੱਗ ਗਿਆ ਉਹ ਖਲੋਤੀਆਂ ਖਲੋਤੀਆਂ ਜ਼ਿਆਦਾ ਜਿਹੜੀਆਂ ਨਾ ਉਹ ਡਲਣ ਲੱਗ ਗਈਆਂ ਚਲੋ ਗੁਜ਼ਾਰਾ ਹੋ ਗਈ ਸੀ ਤੈਨੂੰ ਤਾਂ ਪਤਾ ਤੱਲੂ ਤੇਰੇ ਘਰ ਵਾਲੇ ਦਾ ਵਾਹ ਯਾਤ ਜਿਹਾ ਉਸ ਤਾਂ ਸ਼ੁਰੂ ਹੋ ਜਾਵਣਾ ਹਾਂ ਉਹ ਤਾਂ ਤਾਂ ਥੜਾਪ ਤੌਰ ਛੋੜੀ ਹੋਈ ਇਹ ਤਾਂ ਕੋਈ ਤੋਂ ਨਹੀਂ ਬਣੀ ਉਹ ਸੁਣੀ ਨਹੀਂ ਆਕੇ ਸੇਮੀ ਉਬਾਲ ਕੇ ਵੇ ਲੂਣ ਮਿਰਚ ਪਾ ਲਵੇ ਕਦੀ ਇਸ ਨੂੰ ਕਰਕੇ ਵੈਸੇ ਇੰਨੀ ਦੇਵੀ ਮਾਨੂਰ ਇਹਨੂੰ ਪਤਾ ਲੱਗੇ ਹੈ ਨਹੀਂ ਆ ਲਿਆ ਤੈਨੂੰ ਗੱਲ ਕਰਾਂ ਮੈਂ ਤਾਂ ਲੱਗਦਾ ਮਾਨੂਰ ਹੁਣ ਪਕਾ ਕਿਵੇਂ ਦਿੰਦੀ ਕਿਉਂਕਿ ਇਹਨੂੰ ਤਾਂ ਪਕਾਉਣ ਦਾ ਵਾਲ ਕੋਈ ਨਹੀਂ ਆਉਂਦਾ ਦੋਰ ਤੇਰੀ ਜਾੜ ਬੰਨੀ ਓਏ ਸੱਚਾ ਸ਼ੋਦਾ ਓ ਛੋਰੇ ਵਿੱਚ ਮਿੱਠਾ ਨਾਲ ਲਾਈ ਮੈਨੂੰ ਸ਼ੁੱਕ ਆ ਰਹੀ ਮੈਂ ਦੇ ਲਈ ਅੱਛਾ ਅੱਛਾ ਤੁਹਾਨੂੰ ਪਹਿਲੇ ਦੇ ਲਈ ਸਾ ਮੈਂ ਸ਼ੁੱਕ ਆ ਰਿਹਾ ਬਾਬਾ ਆਪ ਤਾਂ ਦਿਓ ਬੇ ਸ਼ੱਕਰ ਨਾਲ ਕੋਈ ਨਹੀਂ ਅੱਛਾ ਸ਼ੁੱਕ ਆ ਰਿਹਾ ਤਾਂ ਮੈਂ ਨਹੀਂ ਕੋਈ ਨਹੀਂ ਸ਼ੁੱਕ ਆ ਰਿਹਾ ਜੇ ਸ਼ੱਕ ਆ ਰਿਹਾ ਤਾਂ ਮੋੜ ਛੱਡ ਦੇ ਵੀ ਸ਼ੱਕ ਆ ਉਹ ਤਾਂ ਤੁਹਾਨੂੰ ਦੱਸਿਆ ਬੇ ਸ਼ੱਕ ਆ ਰਿਹਾ ਕੋਈ ਨਹੀਂ ਹੋ ਮੱਖਣੀ ਨਹੀਂ ਆਏ ਮੱਖਣੀ ਥੋੜਾ ਜਾ ਕੋਣ ਆ ਪਰਾਤ ਕਰੇ ਨਾ ਅਮਾ ਨੂਰ ਮੱਖਣ ਆਏ ਮੱਖਣ ਜੀ ਆ ਜੀ ਆ ਪੇ ਆ ਕਿ ਉਹ ਦੇਸੀ ਪੇ ਆ ਪਾਣੀ ਹੋਵਣ ਦੇ ਨਾ ਠੀਕ ਹੈ ਠੀਕ ਹੈ ਪਾਣੀ ਹੋਵਣ ਦੇ ਵਾ ਬਸ ਹੋਇਆ ਖਲਾ ਤੂੰ ਆ ਭੱਜ ਕੇ ਜਸ ਪਤੀਲੇ ਚ ਹੋਰ ਪਾਣੀ ਲਾ ਦੁਨੀਆ ਜ਼ਰੀ ਸਟੀਏ ਵਿੱਚ ਇਹ ਤਾਂ ਅੱਲਾ ਦੇ ਬੰਦੇ ਮਲੂਮ ਹੁੰਦਾ ਬਿਰਾਨੀ ਦੇ ਚਾਵਲ ਬਣੇ ਪਏ ਕਈ ਲੱਗ ਹੈ ਹੋਰ ਆ ਇਹ ਤਾਂ ਗਰਮ ਹੈ ਮੈਂ ਤੈਨੂੰ ਆਖਿਆ ਹੀ ਨਾ ਇਹਦੇ ਜ਼ਰਦਾ ਰੰਦ ਤਾਂ ਨਹੀਂ ਭਾਈ ਤੂੰ ਲੈ ਕੇ ਆਇਆ ਵਾਹ ਤੱਲੂ ਵਾਹ ਹੈ ਤੱਲੂ ਹਿੱਤ ਵਾਰੀ ਹਨੇਰੀਆਂ ਰਾਤ ਦੇ ਕਾਫੀ ਹੈ ਨਾ ਹਾਂ ਕਾਫੀ ਹੈ ਨਹੀਂ ਥੋੜੀਆਂ ਹੋ ਸਕਦਾ ਨਹੀਂ ਕਾਫੀ ਹੈ ਆ ਥੋੜੀਆਂ ਜਿਹਾ ਰਾਗ ਗਿਆ ਖੈਰ ਇਸੇ ਦਾ ਖੁਸ਼ਾਂ ਦੀ ਮਲਤਾ ਪੰਪ ਪਟਵਾਈਏ ਤੇ ਲਵਾਈਏ ਨਲਤਾ ਬਿਲ ਤੋਲੀ ਥਈ ਸੀਪ ਨਹੀਂ ਹੈ ਤੱਲੂ ਨੂੰ ਤਾਂ ਧਰ ਟਾਈਮ ਇਹਨੂੰ ਨਾ ਦੇਂਦੀ ਪਈ ਇਹ ਸਾਰਾ ਟਾਈਮ ਤਾਂ ਤੱਲੂ ਤੇਰੇ ਵਾਸਤੇ ਹੀ ਹੈ ਚੰਦੀ ਮੇਰੇ ਵਾਸਤੇ ਪਈ ਆਈ ਵੇ ਮੋਇਆ ਉਹ ਮੈਂ ਤੰਦੂਰੀ ਤੋਂ ਹੀ ਥਾ ਦਿਆਂ ਉੱਤੇ ਬਾਹ ਰਹੇ ਆ ਚਲੋ ਰ ਬਾਜਿਆ ਧਰ ਤਾਂ ਮੇਰੀ ਵੀ ਖਿਦਮਤ ਧਰ ਝਟ ਸਾਰਾ ਤੇ ਹੁਣ ਸੇਮੀਆਂ ਬੜੀਆਂ ਸੁਧਰੀਆਂ ਤੇ ਖਾ ਲਵੀ ਇਹ ਚਾਹ ਫੇਰ ਤੇ ਰਾਤ ਦਾ ਲੈ ਜਾਂਦੇ ਆ ਬਤਾਇਆ ਫੋਨ ਤੇ ਥਾ ਲੈ ਫੇਰ ਉਹ ਸਮਾਂ ਕਰ ਵੇ ਸੇਮੀਆਂ ਖਾ ਲਾ ਤੇ ਮੋੜ ਵਗ ਜਾਵੇ ਹਰ ਵੇਲੇ ਕਾਲੀ ਗੱਤੀ ਰੱਖਣਾ ਅੱਛਾ ਸਬਰ ਕਰ ਆ ਨਹੀਂ ਤਾਂ ਮੈਂ ਤੇਰੇ ਡੋਡੇ ਦੇ ਨਾਲ ਬਾਨਾ ਮੇਰੇ ਦੋ ਤੇਰ ਡੋਡੇ ਦੇ ਬਾਵਣ ਵਾਲਾ ਅੰਮਾ ਪੈ ਕਹਿੰਦਾ ਸੇਂਦਾ ਸਬਰ ਕਰ ਆਵਣ ਵਾਲਾ ਕਰਮਾ ਅੱਛਾ ਉਹਨੂੰ ਇਹ ਨਾ ਦੱਸੀ ਵੀ ਤੱਲੂ ਮੇਰੇ ਨਾਲ ਬਦਤਮੀਜ਼ੀ ਕੀਤੀ ਮੈਂ ਸਾਰੀਆਂ ਦੱਸਣੀਆਂ ਨਹੀਂ ਜਿਹੜੀਆਂ ਆਤਾ ਕੀਤੀਆਂ ਨਹੀਂ ਨਾ ਤੱਲੂ ਮੈਂ ਉਹ ਸਾਰੀਆਂ ਦੱਸ ਗੱਲ ਕਰਾਂ ਤੈਨੂੰ ਤੂੰ ਦੋਵੇਂ ਥਾਰ ਮੇਰੇ ਤਾਂ ਨੇ ਅੱਲਾ ਦੇ ਬੰਦੇ ਸਿੱਧ ਦੇ ਵਦੇ ਤੇ ਤੂੰ ਦਾਲ ਤਰੇ ਤੇਰੀ ਨਾ ਗੱਲਾਂ ਤੂੰ ਮੇਰਾ ਦਿਲ ਤੇ ਤੂੰ ਪਟਿੰਦਾ ਵਜਿੰਦਾ ਹੀ ਹਾਂ ਆਪਣਾ ਭਾਲੀ ਭਾਲੀ ਸਿਤਨੀ ਅੱਜ ਦੇ ਲੈ ਭਾਲੀ ਹਾਂ ਭੈਣੋ ਦੁਪੱਟਾ ਸਹੀ ਤਾਰਬੋ ਜਿਸ ਭੈਣਾ ਦੇ ਸਿਰ ਤੋਂ ਲੱਥ ਹੋਵੇ ਬਿਰਾਵਾਂ ਨੂੰ ਨਹੀਂ ਬਰਦਾਸ਼ਤ ਹੁੰਦੀ ਅੱਗੇ ਕੀ ਆਦਾ ਬੈਠਾ ਹੈ ਪਹਿਲਾ ਮੈਨੂੰ ਆਦਾ ਪਈ ਆ ਕਿ ਅੱਜ ਆਖੇ ਤਾਂ ਝਟ ਇਥੇ ਗੋਡੇ ਤੇਰੇ ਨਾਲ ਨਾ ਬਾਹ ਜਾਵਾਂ ਮੈਂ ਮੋੜ ਮੇਰੇ ਹੱਥ ਫੜ ਕੇ ਤਾਂ ਮੈਨੂੰ ਪਿਆ ਦਈ ਅਖੇ ਨਹੀਂ ਨਹੀਂ ਮੈਨੂੰ ਨਹੀਂ ਏ ਬਈ ਮੇਰੀ ਮਾਂ ਨੂਰ ਬੈਠੀ ਏ ਹਾਂ ਬਈ ਛੱਤ ਨਹੀਂ ਚਪੜੇ ਬਦਲ ਲੈ ਉਹਨੇ ਅਰੇ ਚੁੱਪ ਕਰ ਬਾਈ ਚੋਪੜੀ ਹੈ ਨਾ ਲਾ ਹਾਂ ਮੇਰਾ ਵਿਆਹ ਸੀ ਮੈਂ ਠਰਕ ਬੋਰੀ ਰੱਖੀ ਏ ਹਾਂ ਮੈਂ ਨਾ ਭਾਈ ਤੇ ਜਾ ਤੇ ਲੱਟੜੀ ਲਾਇਆ ਨਾ ਲੱਟੜੀ ਮੋਤ ਨਹੀਂ ਮੇਰਾ ਖਿਆਲ ਹੈ ਅੱਜ ਤੇ ਤੂੰ ਕੁੱਟੀ ਵੇ ਪੀਆ ਤਾਂ ਮੈਂ ਤੈਨੂੰ ਕਦੀ ਨਾ ਛੁਡਾਵਾਂ ਤੂੰ ਮੇਰਾ ਹਾਂ ਸਾੜੀ ਰੱਖਣਾ ਤਰੋਟੀ ਨਾਵਾਂ ਕੇਸ਼ੋ ਦੇ ਮੈਨੂੰ ਆਖਣਾ ਮਜ਼ਾਕ ਕਰੇਂਦਾ ਮੈਂ ਵੀ ਉਸ ਨਾਲ ਹੁਣ ਹਾਏ ਬਸ ਹੋ ਗਈ ਹੋ ਗਈ ਕਿਦੇ ਵਗ ਗਿਆ ਬਗਿਓ ਵੀ ਮੈਂ ਲਾ ਲਿਆ ਤੇ ਉਹ ਚੁੱਕੋ ਰੇ ਤੂੰ ਆ ਗਿਆ ਆਏ ਵੇਖ ਗਿਰੀ ਤੇ ਕਿਉਂ ਲੱਗ ਗਿਆ ਆ ਆਏ ਹੁਣ ਆਇਆ ਦੇਸੀ ਗਿਓ ਜਿਹੜਾ ਇਸ ਨੂੰ ਚੰਗਾ ਗਰਮ ਕਰਕੇ ਮੈਂ ਉੱਤੇ ਵਗਾ ਛੱਡਿਆ ਅਲੀਆ ਮੱਖਣ ਅਲੀਆ ਮੱਖਣ 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 ਹਾਂ ਮੈਂ ਜਿਹੜੀ ਗੱਲ ਤੂੰ ਕੋਈ ਨਹੀਂ ਵਦੇ ਪਹਿਲੇ ਮੈਨੂੰ ਖਵਾ ਲਾ ਚਾ ਐ ਤੂੰ ਵੇਖ ਲਾ ਮੂੰਹ ਤੇ ਪਲੇਟ ਮਾਰਾਂ ਤੂੰ ਮੇਰੇ ਮੂੰਹ ਤੇ ਕਸ਼ ਮਾਰ ਚਾ ਮੈਨੂੰ ਮਾਰਾਣੇ ਆਵੇਂ ਤਾਂ ਉਹਨਾਂ ਨੂੰ ਪਹਿਲੇ ਦੀ ਵਿੰਦਾ ਪਹਿਲੇ ਤੈਨੂੰ ਖਵਾ ਲਾਵਾਂ ਨੀਆਂ ਤਾਂ ਮਰੇ ਹਰ ਵੇਲੇ ਆਪਣੇ ਦਮ ਦੀ ਸੋਚੀ ਰੱਖਣਾ ਬਿਸਮਿਲਲਾ ਤੂੰ ਤਾਂ ਇੱਥੇ ਮੇਰੇ ਦਮ ਦੀ ਨਹੀਂ ਸੋਚੀ ਹਾਂ ਮੇਰੇ ਖਵਾਏ ਤੋਂ ਇਲਾਵਾ ਹੀ ਤਾਂ ਵਧਾਂ ਤੂੰ ਇੱਥੇ ਫੇਰ ਨਹੀਂ ਵੇਖਦੀ ਕਿਉਂ ਨੂੰ ਮੈਂ ਤੇਰੇ ਰੱਖੀ ਵੇਦਾ ਬੈਠੀ ਮੈਂ ਤੂੰ ਨਹੀਂ ਵਿਖੀਂਦਾ ਮੇਰਾ ਸਿਰ ਨਾ ਖਾ ਇੱਕ ਮੱਖੀ ਅੰਦਰ ਜ਼ਲੀਲ ਕੀਤੀ ਬੈਠੀ ਨੇ ਬਾਹਰ ਨੇ ਤੰਗ ਕੀਤੀ ਖਲਾ ਮੈਨੂੰ ਇੱਕ ਪਤਾ ਸਾਡੇ ਬਾਹਰ ਵੀ ਸੜੇ ਹੋਈ ਜੰਮਣੇ ਸੜੇ ਹੋਈ ਜੰਮਣੇ ਜਿਵੇਂ ਤੂੰ ਸੜੇ ਹੋਇਆ ਇੰਜ ਯਾਰ ਉਹ ਵੇਖ ਯਾਰ ਚੁੱਪ ਕਰੇ ਨਾ ਉਹਨਾਂ ਨੂੰ ਦੇ ਪਤਾ ਹੀ ਆ ਬਈ ਪਿਓ ਤੇਰਾ ਤਾਂ ਮੁੜੂ ਗੱਲਾਂ ਨੂੰ ਨਾ ਦੇ ਸਾਹਮਣੇ ਸ਼ੁਰੂ ਹੋਇਆ ਬੈਠਾ ਅੱਗੇ ਹੀ ਮੈਨੂੰ ਸਟੈਂਪ ਦਿੰਦਾ ਤੇ ਅੱਗੇ ਵੀ ਸਟੈਂਪ ਖਵਾਈਂਦੀ ਨਹੀਂ ਦੇਖੋ ਨਹੀਂ ਮੈਂ ਤੇਰੇ ਹੱਥ ਹੀ ਫੱਦਾ ਨਹੀਂ ਮੈਨੂੰ ਕੁਝ ਨਹੀਂ ਹੁੰਦਾ ਮੈਂ ਫਿਲਮਾਂ ਵਿੱਚ ਵੇਖਿਓ ਤਾਂ ਮਰਨ ਵਾਲੇ ਹੋ ਜਾਂਦੇ ਤੇ ਤੂੰ ਕਿਹੜਾ ਖੰਭਾ ਹੈ ਮੈਨੂੰ ਕਰੰਟ ਪਾਉਣਾ ਉਹ ਵੀ ਕਿਹੜੇ ਖੰਭੇ ਹੁੰਦੇ ਨੇ ਉਹ ਵੀ ਕਿਹੜੇ ਉਹ ਐਕਟਿੰਗ ਕਰਨ ਦੇ ਨਹੀਂ ਇਸੇ ਗੱਲ ਚਗਲ ਹੁੰਦੀ ਵੇਲੀ ਸਲਮਾ ਰਾ ਬਾਜਾ ਘਰ ਚਲੀ ਮੈਂ ਤਾਂ ਬਹੁਤ ਭੁੱਖ ਲੱਗੀ ਚਲੀ ਵੇ ਅਲੀ ਖਾਨ ਨੂੰ
ਕਾਇ ਨਹੀਂ ਬਾਲੀ ਮੋੜ ਅਸੀਂ ਘਰ ਜਾਂਦੇ ਆ ਆਓ ਵੇ ਨਹੀਂ ਅਸੀਂ ਮਰ ਜਾਂਦੇ ਆ ਅਸੀਂ ਆ ਸ਼ਬਾ ਲੈ ਕੇ ਆਉਂਦੇ ਪਏ ਆ ਅਸੀਂ ਲੈ ਲੈ ਆ ਅਸਲਮਾ ਉਰਾਵੇਂ ਨਾ ਆ ਪਤਾ ਨਹੀਂ ਕੁਚੂ 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 ਲੱਗੇ ਰਹਿੰਦੇ ਹੋ ਲੈ ਆ ਬਾਹਰ ਆਏ ਵੇ ਕਾਇ ਮੈਂ ਸਾਰਾ ਭੋਕ ਲੱਗੀ ਕਰਦੇ ਹੋ ਤਾਂ ਨਾ ਚੱਲ ਚੱਲੀਏ ਮਾਂ ਨਹੀਂ ਤੂੰ ਵੇਖੋ ਮਾਂ ਨੂੰ ਮੈਂ ਨਹੀਂ ਵੇਖਦਾ ਹਲਾ ਨਾ ਵੇਖ ਬਾਈ ਹੋ ਵਗ ਗਏ ਆ ਵੇਖਨੀ ਆ ਉੱਤੇ ਜ਼ਰੀ ਜ਼ਰੀ ਸ਼ੱਕਰ ਦੀ ਵਗਾਈ ਹਾਏ ਠੀਕ ਹੈ ਮੂੰਹ ਚ ਪਾਣੀ ਆਂਦਾ ਪਿਆ ਤੇ ਲਾ ਚਮਚਾ ਤੇ ਸਾਰਿਆਂ ਨੂੰ ਹੁਣ ਹਿੱਸੇ ਨਾਲ ਬਹਾ ਕੇ ਖਵਾ ਤੇ ਆਪ ਹੀ ਖਾ ਲਾ ਮਰੋ ਤਾਂ ਤੇਰਾ ਬਹੁ ਵੀ ਸੰਤਾ ਓਏ ਹੋਏ ਹੋਏ ਨਾ ਨਹੀਂ ਸ਼ੁਰੂ ਹੋਇਆ ਬੈਠਾ नक बहुत लम्मा की कई बार चोरी किसे प्यो टच मोबाइल लाके दिता खुश रहन छोड़ चुम चुम के मार अपनी अपनी मेरा पर गरियो शक्कर दी देवे ना शक्कर एकता पा थोड़ी खादी करके पे दो शुक्कर ते हो मार दे यार शक्कर वाला कर निकल गई तू आ सेवियां देख के आज ते थोड़ी शक्कर दे यार खा रले नहीं अपनी प्लेट लाओ मेरी प्लेट हाल हाथ करी है खा हाल है घर वाला हां मेरी मेरी चमची मेरी खा ला 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 खा ला 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 खा ला 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 खा ला ला वाह 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 आ दे ने सारे जोड़ा हुए बैठे तो तू तो मैं मंजी तू तो मैं रंडन मुत्ता लाए बदे रखा त्रई प्लेट अपने आगे रखी बैठे ने मैंने बहुत डाडी भूख लगदी तो सलमान पता है इस गल दा आ दे कौन रह गया हुन सारे पूरी हो गई हैं बस ठीक है आई लने तोड़े आगे बड़ा भांडा रख दी पहला सेवियां मिठियां क्यों आए हैं प्लेट सारी चाह मेरे मुंह चंगा लस्सी बना के आया बैठा उतू मेरा दिल ना पीवीए नहीं ये बंदा जन्नत बच जा अस्सलाम वालेकुम गाइस मैं हूं आलिया मलिक और इस वक्त आप देख रहे हैं आलिया मलिक ओरिजिनल और पेंडू सजादे की टीम आपके सामने तो आज हमने आपको दिखाया ये घर की देसी सेवियां आपने उम्मीद करती हूं आपको भी ये हमारा जो व्लॉग है अच्छा लगेगा और व्लॉग के साथ साथ एक फैमिली कैसे घर में बड़ी फैमिली होती है ये भी आपको दिखाई है कज़न जब सब मिल के एक साथ बैठते हैं कैसे खाना खाते हैं कैसे गपशप होती है देखो शहरों में रह के हम बहुत से मतलब अलग अलग खाने खाते हैं अलग अलग टेस्ट करते हैं लेकिन एक बार आप लोग आके मतलब एक गांव में आके ये जो घर की देसी सेवियाँ होती हैं जैसे कि आपने देखा हमने खुद इतनी आटा गूंदा है वो बिल्ला लगाया फिर सेवियाँ उनमें हमने बनाई हैं फिर उनको सुखाया फिर उसके बाद हमने बनाई हैं अब खा रहे हैं तो इसी तरह आप भी कोशिश करें अगर आपका गाँव में कोई रहता है तो उनके हाथ की सेवियाँ बनी हुई आप शहर में मंगवा के और दूसरा कोशिश की करो यार देसी सेवियां दा सुबह नाश्ता किया करो आय हाय हाय पूरा दिन जिगर मैदा बिलकुल कोई बंदा बीमार ना हो सी देसी सेवियां खा के इंशाल्लाह पर कोशिश ये करनी है वैसे तो गरीबी हालात इन हर बंदे दे इतनी हिम्मत नहीं होंदी लेकिन थोड़ा जी अपनी ओकी आ देनो माली हालात अलू वेख के ना देसी घ्यो उत्ते पा के लाजमी खावना है कैली माई दा मक्खन ते रख के बहुत शुक्रिया जी पाकिस्तान जिंदाबाद
पाक फौज। अल्लाह।